guru, wahe guru, wahe guru, wahe guru, wahe guru, wahe guru, wahe guru, jodo karma wale. ਵਾਹਿਗੁਰੂ ਸ਼ਬਦ ਦੇ ਵਿੱਚ ਹਾਜ਼ਰ ਰਹਿ ਕੇ ਜਪਣਾ ਹਰੀ ਧੰਨ ਦੀ ਕਮਾਈ ਕਰੋ ਕਮਾਈ ਕਿ ਸੱਚੇ ਧੰਨ ਦੀ ਕਮਾਈ ਹੋ ਰਹੀ ਹੈ ਖੁੱਲ ਕੇ ਜਪੋ ਖੁੱਲ ਕੇ I do.
ਕਰਮਨ ਤੇ ਕਬੂ ਨਾ ਡਰੋ ਸ਼ੁਭ ਕਰਮਨ ਤੇ ਸ਼ੁਭ ਕਰਮਨ ਤੇ ਕਬੂ ਨਾ ਠਹਿਰੋ ਸ਼ੁਭ ਕਰਮਨ ਤੇ ਕਬੂ ਨਾ ਠਹਿਰੋ ਸ਼ੁਭ ਕਰਮਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹਾਂਜੀ ਵਾਹਿ ਗੁਰੂ 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 ਕਰਮਨ ਤੇ ਕਬੂ ਨਾ ਠਹਿਰੋ ਸ਼ੁਭ ਕਰਮਨ ਤੇ ਕਬੂ ਨਾ ਠਹਿਰੋ ਸ਼ੁਭ ਕਰਮਨ ਤੇ ਕਬੂ ਨਾ ਠਹਿਰੋ ਸ਼ੁਭ ਕਰਮਨ ਤੇ ਕਬੂ ਨਾ ਠਹਿਰੋ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤਾਂ ਮੇਰੇ ਸਾਈ ਦੀਆਂ ਸਤਸੰਗ ਅੱਜ ਜੁੜ ਬੈਠੇ ਹਾਂ ਇਹ ਤਰਸ ਹੈ ਮੇਰੇ ਸਤਿਗੁਰ ਜੀ ਤਰਸ ਜੋਗ ਬਣਿਆ ਤੇਰਾ ਕੀਰਤਨ ਗਾਈ ਇਹ ਕੀਰਤਨ ਦੇ ਸਬਬ ਦੇ ਨਾਲ ਮੈਂ ਫਿਰ ਕਹਿ ਦਿਆਂ ਇਹ ਕੀਰਤਨ ਦੇ ਮੰਡਲ ਦੇ ਸਬਬ ਦੇ ਨਾਲ ਸਾਧ ਸੰਗਤ ਪਤਾ ਨਹੀਂ ਕਿਤਨਾ ਕੁਝ ਸਾਨੂੰ ਸਿੱਖਣ ਨੂੰ ਮਿਲ ਰਿਹਾ ਜੀਵਨ ਜਾਚ ਸਿੱਖਣ ਨੂੰ ਮਿਲ ਰਹੀ ਐਵੇਂ ਤਾਂ ਨਹੀਂ ਕਿਹਾ ਕਿ ਸਾਧ ਸੰਗਤ ਮਿਲ ਮੂਆ ਮਿੱਟੇ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਮੈਂ ਗੁਰੂ ਦੇ ਭਰੋਸੇ ਤੇ ਕਹਿੰਦਾ ਗੁਰੂ ਤੇ ਦਾਵਾ ਕਰਕੇ ਇੱਕ ਜੀਵਨ ਉਹ ਜਿਹੜਾ ਕਦੇ ਸੰਗਤ ਨਹੀਂ ਕਰਦਾ ਧਿਆਨ ਦੇਣਾ ਇੱਕ ਜੀਵਨ ਉਹ ਜਿਹੜਾ ਸੰਗਤ ਕਰ ਰਿਹਾ ਬੜਾ ਫਰਕ ਹੋਏਗਾ ਜੀ ਉਹਨਾਂ ਦੇ ਜੀਵਨ 'ਚ ਬੜਾ ਫਰਕ ਹੋਏਗਾ ਕਈਆਂ ਨੂੰ ਮੈਂ ਕਹਿੰਦੇ ਸੁਣਿਆ ਜੀ ਕਈਆਂ ਨੂੰ ਕਿ ਜਦ ਤੱਕ ਸੰਗਤ ਦੇ ਵਿੱਚ ਨਹੀਂ ਆਉਂਦੇ ਸੀ ਪਤਾ ਹੀ ਨਹੀਂ ਸੀ ਸਿੱਖੀ ਆ ਹੁੰਦੀ ਹੈ ਗੁਰੂ ਦੀ ਮੱਤ ਆ ਹੈ ਗੁਰੂ ਸਾਡੇ ਕੋਲੋਂ ਆ ਕੁਝ ਚਾਹੁੰਦੇ ਮੈਂ ਤਾਂ ਜੀਵਨ ਇੱਕ ਮਜ਼ਾਕ ਬਣਾ ਲਿਆ ਖਾਧਾ ਪੀਤਾ ਮੌਜ ਕੀਤਾ ਬਸ ਮੈਨੂੰ ਆ ਪਤਾ ਲੱਗਾ ਸੰਗਤ 'ਚ ਆ ਕੇ ਕਿ ਸਤਿਗੁਰ ਝੰਜੋੜ ਝੰਜੋੜ ਕੇ ਸਾਨੂੰ ਹਲਾ ਹਲਾ ਕੇ ਆ ਕੁਛ ਸਮਝਾਉਂਦੇ ਬੜੇ ਵਿਸ਼ੇ ਨੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਣਗਿਣਤ ਵਿਸ਼ੇ ਇੱਕ ਜ਼ਿੰਦਗੀ ਕਈ ਜ਼ਿੰਦਗੀਆਂ ਮਿਲ ਜਾਣ ਉਹ ਵੀ ਥੋੜੀਆਂ ਪੈ ਜਾਣਗੀਆਂ ਵਿਸ਼ੇ ਨਹੀਂ ਖਤਮ ਹੋਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੰਨੀ ਡੂੰਘੀ ਪੜ੍ਹਾਈ ਜੇ ਸਤਿਗੁਰੂ ਜੀ ਦੀ ਬੜਾ ਪਿਆਰਾ ਵਿਸ਼ਾ ਸੁੱਤੇ ਸਿੱਧੀ ਗੁਰੂ ਸਾਹਿਬ ਨੇ ਸ਼ੁਰੂ ਕਰਵਾ ਦਿੱਤਾ ਸ਼ੁਭ ਕਰਮਨ ਤੇ ਕਬੂ ਇੱਕ ਅਰਜ਼ੋਈ ਕੀਤੀ ਆ ਅਕਾਲ ਪੁਰਖ ਦੇ ਚਰਨਾਂ 'ਚ ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਅਕਸਰ ਵੇਖਿਆ ਜਾਂਦਾ ਹੈ ਸ਼ੁਭ ਕੰਮ ਕਰਨਾ ਹੋਵੇ ਨਾ ਪੈਰ ਥਿੜਕ ਜਾਂਦੇ ਨੇ ਹੌਸਲੇ ਫਿੱਕੇ ਪੈ ਜਾਂਦੇ ਨੇ ਮਾੜਾ ਕੰਮ ਕਰਨਾ ਹੋਵੇ ਮਿੰਟ ਭੱਜਦਾ ਹੈ ਸਾਧਸੰਗ ਇੱਕ ਮਿੰਟ ਦੇ ਵਿੱਚ ਭੱਜਦਾ ਹੈ ਫਟਾਫਟ ਕਰ ਲਵਾਂ ਤੇ ਚੰਗਾ ਕੰਮ ਕਰਨ ਵੇਲੇ ਆਲਸ ਕਰਦਾ ਹੈ
ਚੰਗਿਆਈਆਂ ਆਲਸ ਕਰੇ। ਤੇ ਸਾਹਿਬ ਨੇ ਆ ਬਖਸ਼ਿਸ਼ ਕੀਤੀ, ਇਸ ਵਿਸ਼ੇ ਦੇ ਰਾਹੀਂ ਸਾਨੂੰ ਗਿਆਨ ਦੇ ਰਹੇ ਨੇ। ਕਹਿੰਦੇ ਜੀਵਨ ਜਿਉਂਦਿਆਂ ਨੂੰ, ਧਿਆਨ ਨਾਲ ਸੁਣਿਓ, ਜਿਉਂਦਿਆਂ ਨੂੰ, ਜੀਵਨ ਜਿਉਂਦਿਆਂ ਨੂੰ ਕੁਦਰਤ ਤੈਨੂੰ ਇੱਕ ਨਹੀਂ ਅਨੇਕ ਅਨੇਕ ਸ਼ੁਭ ਕਰਮ ਕਰਨ ਦੇ ਅਵਸਰ ਦੇਗੀ। ਕੁਦਰਤ ਤੈਨੂੰ ਸ਼ੁਭ ਕਰਮ ਕਰਨ ਦੇ ਅਵਸਰ ਦੇਗੀ, ਦੇਖੀ ਖਾਲੀ ਨਾ ਜਾਣ ਦੇ। ਆ ਗੁਰੂ ਸਮਤ ਦਿੱਤੇ ਨੇ ਇਸ ਸ਼ਬਦ ਦੇ ਰਾਹੀਂ, ਇਸ ਸ਼ਬਦ ਦੇ ਰਾਹੀਂ। ਹੇ ਸੱਚੇ ਪਾਤਸ਼ਾਹ ਕਾਲ ਪੁਰਖ ਦੇਹ ਸ਼ਿਵਾ ਪਰ ਮੋਹ ਇਹ, ਮੈਨੂੰ ਆ ਆ ਪਰ ਦੇ ਇਹ ਇਹ ਕਿਰਪਾ ਕਰ, ਮੇਰਾ ਮਨ ਇੰਨਾ ਤਗੜਾ ਹੋ ਜਾਏ ਕਿ ਕੋਈ ਸ਼ੁਭ ਅਵਸਰ, ਕੋਈ ਸ਼ੁਭ ਕੰਮ ਕਰਨ ਦਾ ਅਵਸਰ ਮੈਨੂੰ ਆ ਜਾਵੇ, ਮੇਰੇ ਅੱਗੇ ਆ ਜਾਵੇ। ਮੈਂ ਝਿਜਕਾਂ ਨਾ, ਥਿੜਕਾਂ ਨਾ, ਪੈਰ ਹਟਾਵਾਂ ਨਾ, ਮੈਂ ਪਿੱਛੇ ਨਾ ਕਰਾਂ ਪੈਰ, ਚੱਟ ਉਹਨੂੰ ਜਾ ਕੇ ਕਮਾ ਲਵਾਂ। ਆਖੋ ਸਤਨਾਮ ਕਮਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਕਾਜੀ ਮੁਲਾਣੇ ਇਕੱਠੇ, ਕਹਿੰਦੇ ਜੇ ਦੱਸੋ ਹਿੰਦੂ ਵੱਡਾ ਕੀ ਮੁਸਲਮਾਨ ਹੋਈ, ਬਾਬਾ ਦੱਸੋ ਹਿੰਦੂ ਵੱਡਾ ਕੀ ਮੁਸਲਮਾਨ। ਸਾਹਿਬ ਮੁਸਕਰਾ ਕੇ ਕਹਿਣ ਲੱਗੇ ਸ਼ੁਭ ਅਮਲਾਂ ਬਾਜੋ ਦੋਨੋ ਰੋਈ। ਆਖੋ ਸਤਨਾਮ। ਕਹਿੰਦੇ ਉਹ ਕਾਜੀਓ, ਜੇ ਅਮਲ ਨਹੀਂ ਨਾ ਚੰਗੇ, ਜੇ ਸ਼ੁਭ ਕਰਮ ਨਹੀਂ ਕੀਤੇ ਤੇ ਦੋਨਾਂ ਨੂੰ ਹੀ ਰੋਣਾ ਪੈਣਾ, ਦੋਨਾਂ। ਜਿਹਦੇ ਕੋਲ ਸ਼ੁਭ ਅਮਲ ਹੋਣਗੇ ਉਹ ਬਾਜੀ ਜਿੱਤ ਕੇ ਜਾਏਗਾ, ਉਹ ਬਾਜੀ ਜਿੱਤ ਕੇ ਜਾਏਗਾ। ਇੱਥੋਂ ਸਿਰ ਉੱਚਾ ਕਰਕੇ ਜਾਏਗਾ, ਸੁਰਖਰੂ ਹੋ ਕੇ ਜਾਏਗਾ, ਔਰ ਜਿਹਦੇ ਕੋਲ ਸ਼ੁਭ ਅਮਲ ਹੋਣਗੇ, ਸ਼ੁਭ ਅਮਲ। ਧਿਆਨ ਦੇਣਾ। ਔਰ ਇੱਕ ਚੀਜ਼ ਮੈਂ ਹੋਰ ਕਹਿ ਦੇਣਾ ਸੰਗਤ ਜੀ, ਅੱਜ ਬੰਦਾ ਮਾੜੇ ਕਰਮ ਬੜੀ ਜਲਦੀ ਕਰਦਾ, ਮਾੜੇ ਕਰਮ, ਮਾੜੇ ਕਰਮ। ਦੁੱਖ ਦੇਣਾ ਬਹੁਤ ਸੌਖਾ ਹੈ, ਬਹੁਤ ਸੌਖਾ। ਸੁੱਖ ਦੇਣ ਵਾਸਤੇ ਬੜਾ ਕੁਝ ਆਪਣਾ ਵੀ ਨਿਸ਼ਾਵਰ ਕਰਨਾ ਪੈਂਦਾ। ਆਖੋ ਸਤਨਾਮ। ਸੱਚਾਈ, ਸੁੱਖ ਦੇਣਾ ਔਖਾ ਹੈ, ਦੁੱਖ ਦੇਣਾ ਕੀ ਰਵਾਣਾ, ਰਵਾਣਾ ਤਾਂ ਮਿੰਟ ਦਾ ਕੰਮ ਹੈ, ਹਸਾਣਾ ਔਖਾ, ਦੁਖੀ ਕਰਨਾ ਤਾਂ ਬਹੁਤ ਮਿੰਟ ਦੀ ਖੇਡ ਹੈ। ਪਰ ਕਿਸੇ ਨੂੰ ਸੁੱਖ ਦੇਣਾ, ਕਿਸੇ ਨੂੰ ਖੇੜੇ ਦੇਣੇ, ਔਖਾ ਕੰਮ ਕਰਨ ਵੇਲੇ ਬੰਦਾ ਝਿਜਕ ਜਾਂਦਾ ਹੈ, ਥਿੜਕ ਜਾਂਦਾ ਹੈ, ਕਤਰਾ ਜਾਂਦਾ ਹੈ, ਪੈਰ ਪਿੱਛੇ ਕਰ ਲੈਂਦਾ, ਚੱਲ ਛੱਡ ਯਾਰ ਕੱਲ ਕਰ ਲਾਂਗੇ, ਚੱਲ ਛੱਡ ਅਗਲੇ ਹਫ਼ਤੇ ਕਰ ਲਾਂਗੇ, ਚੱਲ ਛੱਡ ਅਗਲੇ ਮਹੀਨੇ ਕਰ ਲਾਂਗੇ, ਅਗਲੇ ਸਾਲ ਕਰ, ਮੁੜ ਕੇ ਸਮਾਂ ਨਹੀਂ ਆਉਂਦਾ, ਮੁੜ ਕੇ ਸਮਾਂ ਨਹੀਂ ਆਉਂਦਾ। ਅੱਧੀਆਂ ਬਿਮਾਰੀਆਂ ਤੁਹਾਡੇ ਸਰੀਰ ਤੋਂ ਨਿਕਲ ਜਾਣ, ਅੱਧੀਆਂ ਬਿਮਾਰੀਆਂ। ਜੇ ਸਾਡੇ ਕਰਮ ਸ਼ੁੱਧ ਹੋ ਜਾਣ, ਸ਼ੁੱਧ ਸ਼ੁਭ ਹੋ ਜਾਣ, ਅੱਧੀਆਂ ਬਿਮਾਰੀਆਂ। ਮੈਂ ਇੱਕ ਬੇਨਤੀ ਕਰਨ ਲੱਗਾ ਤੁਹਾਡੇ ਚਰਨਾਂ 'ਤੇ ਸਤਸੰਗ, ਤੁਸੀਂ ਕੋਈ ਸ਼ੁਭ ਕਰਮ ਕਰੋ, ਪੂਰੇ ਦਿਨ 'ਚ 4-5-6 ਸ਼ੁਭ ਕਰਮ ਕਰਕੇ ਤੁਸੀਂ ਆਓ, ਚੰਗਾ ਕੰਮ ਕਰਕੇ, ਨੇਕ ਕੰਮ ਕਰਕੇ, ਭਲਾ ਕੰਮ ਕਰਕੇ, ਜਿਹਦੇ ਨਾਲ ਤੁਹਾਡਾ ਵੀ ਭਲਾ ਹੋਇਆ ਤੇ ਅਗਲੇ ਦਾ ਬਹੁਤ ਜ਼ਿਆਦਾ ਭਲਾ ਹੋਇਆ। ਹਿਰਦਿਆਂ ਦੀ ਤਲ ਤੋਂ, ਆਂਦਰਾਂ ਤੋਂ ਤੁਹਾਨੂੰ ਅਸੀਸਾਂ ਦੇ ਰਿਹਾ, ਅਸੀਸਾਂ ਲੁੱਟ ਕੇ ਆਏ ਅੱਜ ਤੁਸੀਂ, ਇੱਕ ਦੀ ਨਹੀਂ 4-5-10 ਦੀ ਲੁੱਟ ਕੇ ਆਏ। ਮੈਂ ਗੁਰੂ ਦੇ ਭਰੋਸੇ 'ਤੇ ਕਹਿੰਦਾ, ਰਾਤੀ ਨੀਂਦ ਦੀ ਗੋਲੀ ਖਾਣ ਦੀ ਲੋੜ ਨਹੀਂ ਪਏਗੀ, ਸਕੂਨ ਵਾਲੀ ਨੀਂਦਰ ਆਪੇ ਹੀ ਆਏਗੀ। ਆਖੋ ਸਤਨਾਮ। ਗੋਲੀ ਨਹੀਂ ਖਾਣ ਦੀ ਲੋੜ ਪਏਗੀ, ਅੰਦਰਲਾ ਠੰਡਾ ਹੋਏਗਾ, ਇੱਕ ਅੰਦਰ ਹੀ ਅੰਦਰ ਤੁਹਾਨੂੰ ਫਖਰ ਮਹਿਸੂਸ ਹੋਏਗਾ ਕਿ ਸੱਚੇ ਪਾਤਸ਼ਾਹ ਸ਼ੁਕਰ ਹੈ ਤੁਸੀਂ ਮੇਰੇ ਕੋਲੋਂ ਸੇਵਾ ਲਈ। ਅਜੇ ਬੜਾ ਪਿਆਰਾ ਪ੍ਰਕਰਨ ਸੱਚੇ ਪਾਤਸ਼ਾਹ ਨੇ ਹੁਣ ਸ਼ੁਰੂ ਕਰਾਇਆ ਤੇ ਦੇਖੋ
गुरदेव कैसी कैसी बख्शिश करते हैं हर हफ्ते। हुण इह प्रकरण कित्थे तक जांदा है, इह प्रकरण किन्ना लंबा चलदा है, इह तां गुरु जाणदा। एक नहीं बहुत शुभ कर्म ने जिन्हां दी विचार सचे पातशाह आप सिर ते हथ रख के कराणगे, इह मालक दी मौज है। आप जपाए जपै सो, आप गवाए सो हर गुण गाओ। जिदा गवाणगे, जिदा जपाणगे, जिदा बुलाणगे सतगुरु, जो बुलाणगे उदा ही तुरदे चले जावांगे। पिछले हफ्ते यह प्रकरण आरंभ होया सी, शुभ करमन ते कबहू ना करो, ते विचार होई सी सब तो पहला शुभ करम। शुभ करम दा मुढ, शुभ करम दी जड़ नी। प्रथम शुभ करम की है जी? सब तो पहला शुभ करम साहिब दी मत अनुसार है, कहिंदे नाम जप। आखो सतनाम, भजन कर, परमेश्वर दे चिंतन दे विच जुड़ जा, साईं दी यादां च जुड़ जा। नितनेम पक्के कर, अमृत वेले पक्के कर, बाणी दे संग थले, बाणी दे रंग थले जीवन बतीत कर। और देखी अंदर हरियावल आंदी चली जाएगी, खेड़ा आंदा चला जाएगा। यह पहली विचार सचे पातशाह ने सांझ कराई सी, ते अज हुण गुरु बाबा जी दूसरी विचार बख्शिश कर रहे ने। शुभ कर्मां दे विचों अज दूसरा शुभ कर्म सात संगत गुरु साहब दी कृपा दे नाल सांझा करना, दसवंध। आखो सतनाम, दसवंध। बड़ा प्यारा विशा सात संगत, बड़ा प्यारा विशा। मेरे गुरु बाबा जी दी बड़ी प्यारी सोच, बड़ी प्यारी सोच और बड़ा प्यारा हुक्म साडे लई, हुक्म हुक्म। मेरे गुरु अर्जन देव महाराज सचे पातशाह आ सानू गुरबाणी राही, अपने बोला राही, शब्दा राही, अपने ज्ञान राही सानू ये निर्मल हुक्म दे रहे ने। की कह रहे ने जी? आओ सारे कृपा करो। जिसके वास्त तिस आ गए राख, जिसके वास्त तिस आ गए राख, प्रभ की आ गया मन माथ, प्रभ की आ गया मन माथ, प्रभ की आ गया मन माथ, प्रभ की आ गया ਸਾਡੀ ਝੋਲੀ ਚ ਪਾਏ। ਕਿੱਡੇ ਪਿਆਰੇ ਬੋਲ! ਇਹ ਪਿਆਰੇ ਬੋਲ ਦੇ ਨਾਲ ਨਾਲ ਸਾਨੂੰ ਹੁਕਮ ਕੀਤਾ ਸਾਹਿਬ ਨੇ, ਹੁਕਮ ਹੁਕਮ ਕੀਤਾ। ਕਹਿੰਦੇ ਜਿਸ ਕੀ ਬਸਤ ਤਿਸ ਅੱਗੇ ਰੱਖ, ਜਿਹਦੀ ਬਸਤ ਹੈ, ਕਿਸੇ ਦੀ ਬਸਤ ਤੇਰੇ ਕੋਲ ਪਈ ਹੋਈ ਹੈ, ਦੇ ਦੇ ਉਹਨੂੰ ਵਾਪਸ, ਦੇ ਵਾਪਸ। ਜਿਸਕੀ ਬਸਤ ਤਿਸ ਆ ਗਏ। ਇੱਕ ਵਾਰੀ ਬਚਨ ਸਾਂਝਾ ਕੀਤਾ ਸੀ ਦਾਸ ਨੇ, ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ। ਬਾਬਾ ਜੀ ਬਚਨ ਕਰਦੇ ਸਨ, ਕਹਿੰਦੇ ਕਿਸੇ ਦੀ ਵਸਤ ਅਸੀਂ ਆਪਣੇ ਕੋਲ ਰੱਖ ਲਈਏ ਔਰ ਇਨਕਾਰੀ ਹੋ ਜਾਈਏ ਦੇਣ ਤੋਂ, ਤੇ ਕਹਿੰਦੇ ਵੱਡਾ ਬੇਈਮਾਨ। ਆਖੋ ਸਤਨਾਮ, ਵੱਡਾ ਬੇਈਮਾਨ। ਅੱਜ ਉਹ ਕਨਸੈਪਟ ਨੂੰ ਅੱਗੇ ਚੱਕ ਰਹੇ ਹਾਂ ਸਤਸੰਗ। ਸਾਹਿਬ ਕਹਿਣ ਲੱਗੇ ਜਿਸਕੀ ਬਸਤ ਤਿਸ ਆ ਗਏ, ਪ੍ਰਭ ਕੀ ਆ ਗਿਆ ਮਾਣੇ ਮਾਥੇ, ਆਪਣੇ ਪ੍ਰਭੂ ਜੀ ਦੀ, ਆਪਣੇ ਵਾਹਿਗੁਰੂ ਜੀ ਦੀ, ਆਪਣੇ ਗੁਰੂ ਜੀ ਦੀ ਆ ਗਿਆ ਖਿੜੇ ਮੱਥੇ ਮਨ। ਕੀ ਕਹਿੰਦੇ? ਜਿਸ ਕੀ ਵਸਤ ਤਿਸ ਆ ਗਏ ਰਾਖੇ, ਜਿਸ ਕੀ ਪ੍ਰਭ ਕੀ
ਗੁਰਦੇਵ ਕਹਿੰਦੇ ਅਗਨਤ ਸਾਉ ਆਪਣੀ ਦੇ ਰਾਸ। ਅਗਨਤ ਕਹਿੰਦੇ ਨੇ ਅਨਗਿਣਤ, ਜਿਹਦੀ ਗਿਣਤੀ ਨਹੀਂ ਹੋ ਸਕਦੀ। ਅਗਨਤ ਸਾਉ, ਸਾਉ ਕਹਿੰਦੇ ਨੇ ਉਸ ਪ੍ਰਭੂ ਨੂੰ, ਰੱਬ। ਅਗਨਤ ਸਾਉ ਆਪਣੀ ਦੇ ਰਾਸ, ਆਪਣੇ ਖਜ਼ਾਨੇ ਦੇ ਵਿੱਚੋਂ ਅਗਨਤ ਅਨਗਿਣਤ ਦਾਤਾਂ ਤੇਰੀ ਝੋਲੀ ਚ ਪਾਈਆਂ ਉਸ ਰੱਬ ਨੇ। ਧਿਆਨ ਦੇਣਾ, ਉਸ ਪ੍ਰਭੂ ਨੇ, ਉਸ ਵਾਹਿਗੁਰੂ ਜੀ ਨੇ, ਉਸ ਸ਼ਾਓ ਨੇ ਅਨਗਿਣਤ ਦਾਤਾਂ ਆਪਣੇ ਖਜ਼ਾਨੇ ਚੋਂ ਤੇਰੇ ਘਰ ਪਾਈਆਂ। ਤਕਰੀਬਨ ਸੁੱਖ ਪਾਇਆ, ਰਿਸ਼ਟ ਪੁਸ਼ਟ ਤੈਨੂੰ ਸਰੀਰ ਦਿੱਤਾ, ਬਾਲ ਪਰਿਵਾਰ ਦਿੱਤਾ, ਘਰ ਬਾਰ ਦਿੱਤਾ, ਹਰ ਚੀਜ਼ ਦਿੱਤੀ। ਕਹਿੰਦੇ ਖਾਤ ਪੀਤ ਵਰਤੈ ਅਨਗਿਣਤ, ਉਹ ਪਦਾਰਥਾਂ ਨੂੰ ਭੋਗ ਕੇ, ਖਾ ਪੀ ਕੇ, ਵਰਤ ਕੇ ਆਨੰਦ ਖੇੜਿਆਂ ਦੇ ਵਿੱਚ ਬੰਦਾ ਫਿਰ ਜਿਉਂਦਾ ਹੈ। ਆਨੰਦ ਖੇੜਿਆਂ ਦੇ ਬੰਦਾ ਜਿਉਂਦਾ ਹੈ। ਖਾਤ ਪੀਤ ਵਰਤ ਆਨੰਦ ਉਲਾਸ, ਖਾਤ ਪੀਤ ਵਰਤ ਆਨੰਦ ਉਲਾਸ, ਆਪਣੀ ਅਮਾਨ ਕਛ ਹੋਰ ਸਾਹਲੇ, ਆਪਣੀ ਅਮਾਨ ਕਛ ਹੋਰ ਸਾਹਲੇ, ਆਪਣੀ ਅਮਾਨ ਕਛ ਤੌਰ ਸਾਹੋਲੇ, ਆਪਣੀ ਅਮਾਨ ਕਛ ਤੌਰ ਸਾਹੋਲੇ, ਆਪਣੀ ਅਮਾਨ ਕਛ ਤੌਰ ਸਾਹੋਲੇ, ਅਮਾਨ ਕਛ ਤੌਰ ਸਾਹੋਲੇ, ਅਗਿਆਨੀ ਮਨ ਰੋਸ ਕਰੇ, ਅਗਿਆਨੀ ਮਨ ਰੋਸ ਕਰੇ, ਹਾਂਜੀ ਅਗਿਆਨੀ ਮਨ ਰੋਸ ਕਰੇ, ਅਗਿਆਨੀ ਮਨ ਰੋਸ ਕਰੇ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਕਹਿੰਦੇ ਆਪਣੀ ਅਮਾਨ ਕੱਛ ਬਹੁਰ ਸਾਹੋਲੇ, ਅਗਿਆਨੀ ਮਨ ਰੋਸ ਕਰੇ। ਰੋਸ ਕਹਿੰਦੇ ਜਿਹੜੀਆਂ ਦਿੱਤੀਆਂ ਦਾਤਾਂ ਤੈਨੂੰ ਆਪਣੀ ਅਮਾਨ, ਜਿਹੜੀ ਉਹਦੀ ਆਪਣੀ ਅਮਾਨਤ, ਹਾਂਜੀ ਕੱਛ ਬਹੁਰ ਸਾਹੋਲੇ, ਜੇ ਉਹਦੇ ਵਿੱਚੋਂ ਉਹ ਸ਼ਾਹ ਕੁਝ ਲੈ ਲੈਂਦਾ, ਮੰਨ ਲਓ ਕੁਝ ਲੈ ਲੈਂਦਾ, ਹਾਂਜੀ ਤੇ ਅਗਿਆਨੀ ਮਨ ਰੋਸ ਕਰੇ, ਫਿਰ ਰੋਸ ਕਰਦਾ ਫਿਰਦਾ, ਫਿਰ ਦੁਖੀ ਹੋਇਆ ਫਿਰਦਾ, ਰੱਬ ਨੇ ਮੇਰੇ ਕੋਲ ਆਹ ਲੈ ਲਿਆ, ਰੱਬ ਨੇ ਮੇਰੇ ਕੋਲ ਆਹ ਲੈ ਲਿਆ, ਰੱਬ ਨੇ ਮੈਨੂੰ ਦਿੱਤਾ ਕੀ। ਉਹ ਬੋਲਿਆ ਸਭ ਕੁਝ ਤੈਨੂੰ ਉਹਦੇ ਖਜ਼ਾਨੇ ਚੋਂ ਮਿਲਿਆ ਸੀ, ਸਭ ਕੁਝ ਤੈਨੂੰ ਉਹਦੇ ਖਜ਼ਾਨੇ ਚੋਂ ਮਿਲਿਆ, ਤੇ ਜੇ ਉਹ ਕੁਝ ਮਾੜਾ ਜਿਹਾ ਲੈ ਲੈਂਦਾ ਤੇ ਫਿਰ ਸਾਹਿਬ ਕਹਿੰਦੇ ਅਗਿਆਨੀ ਮਨ ਰੋਸ ਕਰੇ, ਅਗਿਆਨੀ ਮਨ ਰੋਸ ਕਰੇ, ਹਾਂਜੀ ਅਗਿਆਨੀ ਮਨ ਰੋਸ ਕਰੇ, ਅਗਿਆਨੀ ਮਨ ਰੋਸ ਕਰੇ, ਜਿਸ ਕੀ ਬਸਤ ਕਹਿ ਜਿਸ ਕੀ
ਜਿਸ ਕੀ ਵਸਤ ਤਿਸ ਆਗੈ ਰਾਖੈ ਮਨ ਮਾਥ ਪ੍ਰਭ ਕੀ ਆ ਗਿਆ ਮਨ ਮਾਥ ਪ੍ਰਭ ਕੀ ਆ ਗਿਆ ਮਨ ਮਾਥ ਪ੍ਰਭ ਕੀ ਆ ਅੱਜ ਦੂਸਰਾ ਸ਼ੁਭ ਕਰਮ ਦਸਵੰਧ ਇਹ ਸਾਡੇ ਧਰਮ ਦੇ ਵਿੱਚ ਇੱਕ ਬੜੀ ਨਿਰਮਲ ਮੱਤ ਮੇਰੇ ਸਾਹਿਬ ਨੇ ਬੜੀ ਪਿਆਰੀ ਮੱਤ ਸਿੱਖ ਜਗਤ ਜਗਤ ਦੀ ਝੋਲੀ ਦੇ ਵਿੱਚ ਪਾਈ ਹੈ ਕਿ ਨਿਰੰਕਾਰ ਨੇ ਜੋ ਤੈਨੂੰ ਕਿਰਤ ਦਿੱਤੀ ਹੈ ਨਿਰੰਕਾਰ ਨੇ ਜੋ ਤੈਨੂੰ ਕਿਰਤ ਦਿੱਤੀ ਆਪਣੇ ਖਜ਼ਾਨੇ ਚ ਤੂੰ ਕਰ ਜ਼ੋਰ ਲਾ ਕੇ ਕਰ ਮਿਹਨਤ ਲਾ ਕੇ ਕਰ ਪਰ ਸਾਹਿਬ ਨੇ ਇੱਕ ਰੂਲ ਬੰਨ ਦਿੱਤਾ ਹੈ ਇੱਕ ਕਾਇਦਾ ਬੰਨ ਦਿੱਤਾ ਹੈ ਕਿ ਜਿਤਨਾ ਕਮਾਏਗਾ ਉਹਦੇ ਵਿੱਚੋਂ ਤੂੰ 90% ਆਪਣੇ ਪਰਿਵਾਰ ਤੇ ਆਪਣੀ ਸੁੱਖ ਸਹੂਲਤਾਂ ਤੇ ਤੂੰ ਖਰਚ ਸਕਦਾ ਤੇ ਜਿਹੜਾ 10% ਹੈ ਦਸਵੰਧ ਦਸਵਾਂ ਹਿੱਸਾ ਕਹਿੰਦੇ ਉਹਦੇ ਤੇ ਤੂੰ ਅੱਖ ਨਹੀਂ ਰੱਖਣੀ ਆਖੋ ਸਤਨਾਮ ਸੁਣਿਓ ਬੜੇ ਧਿਆਨ ਨਾਲ ਇਹ ਗੁਰਦੇਵ ਨੇ ਪਿਆਰ ਵਾਲੇ ਫੈਸਲੇ ਤੇ ਸਖਤ ਫੈਸਲੇ ਸਾਹਿਬ ਨੇ ਸਿੱਧਾ ਕਹਿ ਦਿੱਤਾ ਉਹ ਦਸਵੰਧ ਗੁਰੂ ਦਾ ਹੈ ਤੇਰਾ ਨਹੀਂ ਇਸਲਾਮ ਧਰਮ ਦੇ ਜ਼ਕਾਤ ਹੁੰਦਾ ਹੈ ਜੀ ਜ਼ਕਾਤ ਉਹ ਵੀ ਆਪਣੀ ਕਮਾਈ ਦਾ ਹਿੱਸਾ ਕੱਢਦੇ ਨੇ ਤੇ ਧਰਮ ਅਰਥਾਂ ਲਾਉਂਦੇ ਨੇ ਇਹ ਇਸ ਕਰਕੇ ਸਾਹਿਬ ਨੇ ਕਿਹਾ ਸੀ ਕਹਿੰਦੇ ਤੈਨੂੰ ਪਰਮੇਸ਼ਵਰ ਨੇ ਕਿਰਤ ਦਿੱਤੀ ਉਹਦੇ ਚ ਤੂੰ ਜੋ ਕਮਾਇਆ ਦਸਵਾਂ ਹਿੱਸਾ ਸਾਈਡ ਤੇ ਰੱਖਤਾ ਆਪਣੇ ਤੋਂ ਨੀਵਿਆਂ ਨੂੰ ਵੇਖ ਆਪਣੇ ਤੋਂ ਨੀਵਿਆਂ ਜਿੱਥੇ ਸਖਤ ਲੋੜ ਹੈ ਉਸ ਦਸਵੰਧ ਦੀ ਸਾਹਿਬ ਕਹਿੰਦੇ ਇਹ ਦਸਵੰਧ ਮੇਰਾ ਹੈ ਧਿਆਨ ਦੇਣਾ ਆਮ ਅਗਰ ਸਾਡੀ ਬੋਲੀ ਤੇ ਇਹ ਗੱਲ ਹੋਵੇ ਨਾ ਮੇਰਾ ਹੈ ਤੇ ਖੋ ਕੇ ਲੈ ਲਈਏ ਤੇ ਆਪਣੇ ਤੇ ਲਾਈਏ ਆਪਣੇ ਤੇ ਆਪਣੇ ਖੋ ਕੇ ਲਈਏ ਆਪਣੇ ਤੇ ਲਾਈਏ ਜੇ ਮੇਰਾ ਸ਼ਬਦ ਮੈਂ ਆਪਣੇ ਲਈ ਵਰਤਾਂ ਪਰ ਸਾਹਿਬ ਕਹਿੰਦੇ ਦਸਵੰਧ ਮੇਰਾ ਹੈ ਭਲੇ ਕਾਰਜਾਂ ਚ ਗਰੀਬਾਂ ਦੇ ਕਾਰਜਾਂ ਚ ਗਰੀਬਾਂ ਦੇ ਹਿੱਤ ਚ ਉਹਨਾਂ ਦੀ ਖੁਸ਼ੀ ਲੈਣ ਚ ਲਾ ਆਖੋ ਸਤਨਾਮ ਸਾਹਿਬ ਨੇ ਕਦੇ ਨੀ ਕਿਹਾ ਮੇਰੇ ਤੇ ਲਾ ਕਦੇ ਨੀ ਕਿਹਾ ਮੇਰੇ ਰੁਮਾਲਿਆਂ ਤੇ ਲਾ ਮੇਰੇ ਲੰਗਰਾਂ ਤੇ ਲਾ ਮੇਰੀਆਂ ਇਮਾਰਤਾਂ ਤੇ ਲਾ ਮੇਰੇ ਘਰ ਲਾ ਸਾਹਿਬ ਨੇ ਕਦੇ ਨੀ ਕਿਹਾ ਉਹ ਸਾਡੀ ਖੁਸ਼ੀ ਹੁੰਦੀ ਹੈ ਸਾਡੀ ਖੁਸ਼ੀ ਹੈ ਕਿ ਰੁਮਾਲਾ ਸਾਹਿਬ ਚੜਾਉਂਦੇ ਹਾਂ ਲੰਗਰ ਲਾਉਂਦੇ ਹਾਂ ਇਮਾਰਤ ਬਣਾਉਂਦੇ ਹਾਂ ਸਤਿਗੁਰ ਜੀ ਦੇ ਮਹਿਲ ਸੋਹਣੇ ਹੋਣੇ ਚਾਹੀਦੇ ਪਰ ਸਾਹਿਬ ਨੇ ਕਦੇ ਇਹ ਨਹੀਂ ਕਿਹਾ ਕਿ ਇੱਥੇ ਲਾ ਸਾਹਿਬ ਕਹਿੰਦੇ ਨੇ ਜਿੱਥੇ ਲੋੜ ਜ਼ਿਆਦਾ ਉੱਥੇ ਲਾ ਕੋ ਸਤਨਾਮ ਜਿੱਥੋਂ ਤੈਨੂੰ ਉਸ ਇਨਸਾਨੀ ਬੰਦੇ ਦੀ ਜੋ ਰੱਬ ਵੱਲੋਂ ਘੜਿਆ ਗਿਆ ਹੈ ਉਸ ਮੂਰਤ ਦੀ ਖੁਸ਼ੀ ਮਿਲਦੀ ਉੱਥੇ ਲਾ ਉਹਦੀ ਖੁਸ਼ੀ ਬਟੋਰ ਆਖੋ ਸਤਨਾਮ ਖੁਸ਼ੀ ਬਟੋਰ ਤੇ ਅੱਜ ਆ ਸ਼ਬਦ ਦੇ ਰਾਹੀਂ ਸਤ ਸੰਗਤ ਗੁਰੂ ਸਮਤ ਦੇ ਰਹੇ ਜਿਸ ਕੀ ਵਸਤ ਤਿਸ ਆਗੇ ਰੱਖ ਸਾਹਿਬ ਕਹਿੰਦੇ ਪ੍ਰਭ ਕੀ ਆਗਿਆ ਮਨ ਆਗਿਆ ਹੀ ਤੇਰੇ ਲਈ ਤੇ ਆਗਿਆ ਦਾ ਮਤਲਬ ਕੀ ਹੁੰਦਾ ਹੈ ਆਰਡਰ ਆਖੋ ਸਤਨਾਮ ਆਰਡਰ ਔਰ ਮੈਂ ਇੱਦਾਂ ਕਹਿਣਾ ਸਟ੍ਰਿਕਟ ਆਰਡਰ ਕੋਈ ਬੇਨਤੀ ਨਹੀਂ ਕੀਤੀ ਸਾਹਿਬ ਨੇ ਸਿੱਧਾ ਸਟ੍ਰਿਕਟ ਕਿਹਾ ਪ੍ਰਭ ਕੀ ਆਗਿਆ ਮਾਨੇ ਮਾਥੇ ਉਹ
खड़े मथे मन प्रभु दी अपने गुरु दी अपने रब दी अपने इष्ट दी आज्ञा मन की जिसकी वस्त ते सर आगे रख। फिर वेख किन्नियां दातां दे नाल किन्नियां खुशियां दे नाल तेरा इष्ट तेरियां झोलियां भरदा आखो सतनाम। जिसकी वस्त तेसे आगे रख, जिसकी वस्त तेसे आगे रख, जिसकी वस्त तेसे आगे रख, जिसकी अपनी प्रतीत आप ही खोवे, अपनी प्रतीत आप ही खोवे, बोर उसका विश्वास न होवे, बोर उसका विश्वास न होवे। इस तो पहली पंक्ति की सी अपनी अमान कछ बोर साओ अज्ञानी मन रोज करे। जे उन्ने अपनी अमानत विचों कुछ हिस्सा ले लिया ध्यान देना, तुसी किसी नू कुछ अमानत दिती, आ लख रुपया मेरा रख लो जी संभाल के रख लो मेरा है, हुण उहदे विचों तुसी उहनू कहा मैनू आ 10,000 दे दे, 10,000 उहदे खजाने चो चुक ले अपनी अमानत विचों लिया, ते अगो वो रोस करना शुरू कर दे तुसी मेरे को 10,000 ले लिया, देखो दुनिया दे लोगों मेरे को 10,000 ले गया, वो देखो जी 10,000 रोना पिटना पा दे। अपनी अमान कछ बहुत साह ले अज्ञानी मन उन अज्ञानी क्या है, जो लोगों को पता लगना है कहते तू 10,000 क्यों लिया, कहते कमाल कर दे यार मैं अपने लख चो 10,000 लिया। फिर बंदा अज्ञानी किनू कहेगा जिहड़ा रोंदा पिया जिहड़ा कुरलांदा पिया, कहना तू मूर्ख है पागल है अज्ञानी है, उन्हें तो अपनी अमानत ली है। अज्ञानी मन रोते साडा हाल है, साहिब ने दिता लै आनंद कर, हुण असी ओ पदार्थ अपने समझ बैठे मेरे 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 धी मेरे पुत्र मेरा मकान मेरा कारोबार मेरी इमारत मेरा सब मेरी गड्डी हर चीज मेरी हर चीज मेरी हर चीज मेरी हक हदूद मेरा है मेरी 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 इन्ना मेरी मेरी करदे साडियां नसां विच वड़ गया मेरी मेरी मेरी। ते जदों उहने कोई एक थोड़ी जिही चीज ले ली ना मेरी चीज गई मेरी चीज गई, मूर्खा मैं नहीं कह रहा साहिब कह रहे अज्ञानी मन रोस करे। ते जदों ऐदां दा कोई रोस करदा है फिर उहदे लई साहिब ने कहा कहिंदे अपनी प्रतीत आप ही होवे पौर उसका विश्वास ना होवे। साहिब कहिंदे ऐदां दा तूं अपनी प्रतीत गवा देंगा फिर तां उह देणहार प्रभु ने तैनूं कुछ नहीं देना, क्यों साहेब कहणगे उस प्रभु ओ प्रभु कहणगे कि इहनू दे के की लाभ इहनू दे के, इह तां हर वेले शिकवे दे विच ही रहिंदा, शुकराना तां इहनू आंदा ही नहीं, आखो सतनाम शुकराना तां आंदा ही नहीं, हर वेले रोंदा रहिंदा रोंदा रहिंदा रोंदा रहिंदा। अपनी प्रतीत आप ही खोवे, इह अपनी प्रतीत आप ही खोण वाली असी हरकत कर दित्ती, फिर साहेब कहिंदे बौर उसका विश्वास ना होवे। फिर अगली पंक्ति कहिंदे जिसकी वस्त तिस आगे राखे, जिसकी वस्त तिस आगे राखे, प्रभु की आज्ञा माने माथे, प्रभु की आज्ञा माने माथे। हुण इत्थे साहिब ने समझाउणा कीता, पिछली पंक्ति जिताड़ना सी हुण इत्थे समझाउणा कीता। साहिब कहण लगे जिसकी वस्त तिस आगे रख, बेटा ये सुभा बना अपना, ये माड़ा सुभा है तेरा कि कोई चीज तेनू गुरु ने दिती बस मेरी मेरी मेरी,
नहीं बेटा, साहब कहते नहीं बच्चा, जिवें मापे अपने बच्चे नूं प्यार नाल समझांदे ना, कोई औगुण उह सिखदा पिया होवे, हां जी, खास करके कुड़ियां नूं कोई औगुण उह सिखदी पई होवे, उहनूं धी नूं समझांदे बेटा अगे तू जाणा आ औगुण चंगा नहीं होएगा तेरे लई, आ काम नहीं, इहनूं इदां नहीं पुत्तर, इदां करीदा, इदां इदां ही सतगुरु सानूं समझाउंदे। साहिब कहिंदे जिस की वस्त तिस आगे राख, जो कुछ गुरु तैनूं जो कुछ निरंकार तैनूं दे रहे तू हड़प करी जाना, खाई जाना, खाई जाना, खाई जाना। बेटा जिस की वस्त तिस आगे रख, चल उन्हें तैनूं वरतन लई दित्ता सब कुछ वरत, पर जिहड़ी चीज उहदी है, जिहड़ा हक उहदा है, उहदा हक तां उहनूं वापस कर ना बेटा, उहदा हक तां वापस कर। ਉਹਦਾ ਹੱਕ ਸੀ ਦਸਵੰਧ, ਆਖੋ ਸਤਨਾਮ, ਉਹਦਾ ਹੱਕ ਸੀ ਦਸਵੰਧ। ਸਾਹਿਬ ਕਹਿੰਦੇ ਉਹ ਤੈਨੂੰ ਵਾਪਸ ਕਰਨਾ ਹੀ ਪੈਣਾ ਹੈ, ਕਰਨਾ ਹੀ ਪੈਣਾ। ਪ੍ਰਭ ਕੀ ਆ ਗਿਆ ਮਾਨੇ ਮਾਥੇ, ਪ੍ਰਭ ਕੀ ਆ ਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾ। ਗੁਣ ਕਰੇ ਨਿਹਾਲ, ਉਸ ਤੇ ਚੌਗੁਣ ਕਰੇ ਨਿਹਾਲ। ਹੁਣ ਸਾਹਿਬ ਨੇ ਜਿੱਥੇ ਸਮਝਾਇਆ ਉੱਥੇ ਦੇਖੋ ਕਿੱਡੀ ਪਿਆਰੀ ਵਿਚਾਰ ਸਾਡੀ ਝੋਲੀ ਚ ਪਾਈ। ਕਹਿੰਦੇ ਤੂੰ ਉਹਦਾ ਹਿੱਸਾ ਦੇ ਦੇ, ਜਿਸ ਕੀ ਵਸਤੇ ਜਾ ਕੇ ਰੱਖ ਦੇ ਦੇ। ਕਹਿੰਦੇ ਬੇਟਾ ਪਤਾ ਕੀ ਲਾਭ ਹੋਏਗਾ, ਤੂੰ ਉਹਦਾ ਦਸਵੰਧ ਕੱਢ ਕੇ ਦੇ ਦੇ, ਭਲੇ ਕਾਰਜਾਂ ਚ ਲਾ ਦੇ ਰੱਖੀ ਨਾ ਆਪਣੇ ਕੋਲ, ਪਤਾ ਕੀ ਹੋਏਗਾ, ਕੀ ਹੋਏਗਾ ਸੱਚੇ ਪਾਤਸ਼ਾਹ। ਕਹਿੰਦੇ ਪਤਾ ਹੀ ਉਸ ਤੇ ਚੌਗੁਣ ਕਰੇ ਨਿਹਾਲ। ਕਹਿੰਦੇ ਚਾਰ ਗੁਣਾ, ਚਾਰ ਗੁਣਾ ਗੁਰੂ ਪਲਟ ਕੇ ਤੈਨੂੰ ਤੇਰੀ ਝੋਲੀ ਚ ਪਾਉਣਗੇ। ਆਖੋ ਸਤਨਾਮ, ਜਿੰਨਾ ਸਾਹਿਬ ਕਹਿੰਦੇ ਜਿੰਨਾ ਤੂੰ ਦੇ ਰਿਹਾ ਨਾ ਤੇਰਾ ਹੱਕ ਨਹੀਂ ਰੱਖਦਾ ਗੁਰੂ। ਅੱਗੇ ਵੀ ਦਾਸ ਨੇ ਗੱਲ ਕਹੀ ਸੀ, ਨਾ ਨਾ ਗੁਰੂ ਨਹੀਂ ਰੱਖਦਾ ਬੇਟਾ, ਸਾਡੀ ਚਾਰ ਗੁਣਾ ਵਧਾ ਕੇ ਸਾਡੀ ਝੋਲੀ ਚ ਪਾਣ ਗਏ। ਸਾਹਿਬ ਕਹਿੰਦੇ ਉਸ ਤੇ ਚੌਗੁਣ ਕਰੇ ਨਿਹਾਲ, ਨਿਹਾਲ ਕਰ ਦੇਣਗੇ, ਚਾਰ ਗੁਣਾ ਤੈਨੂੰ ਦੇਣਗੇ। ਤੂੰ ਕਿਤਨਾ ਦੇਗਾ ਗੁਰੂ ਨੂੰ, ਦੱਸ, ਦਸਵੰਧ ਹੈ ਨਾ, ਤੂੰ ਜਿਤਨਾ ਦਸਵੰਧ ਕੱਢੇਗਾ ਨਾ ਚਾਰ ਗੁਣਾ ਪਲਟ ਕੇ ਗੁਰੂ ਦੇ। ਮੈਂ ਨਹੀਂ ਆਪਣੇ ਕੋਲੋਂ ਕੁਝ ਬੋਲ ਰਿਹਾ ਸੰਗਤ ਜੀ, ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜਾਮਨੀ ਦੇ ਰਹੇ ਨੇ, ਮੇਰੇ ਗੁਰੂ ਅਰਜਨ ਦੇਵ ਮਹਾਰਾਜ ਇਹ ਸਾਕਸ਼ੀ ਨੇ, ਤੂੰ ਦਸਵੰਧ ਕੱਢ, ਦਸਵੰਧ ਗੁਰੂ ਦਾ ਨਾਂ ਰੱਖੀ, ਚਾਰ ਗੁਣਾ ਵਧਾ ਕੇ ਉਹ ਪ੍ਰਭੂ ਤੈਨੂੰ ਦਿੰਦਾ ਚਲਾ ਜਾ। ਬਾਬਾ ਖੇਮ ਸਿੰਘ ਜੀ ਨੇ ਇਹ ਬਚਨ ਸੁਣਾਇਆ ਸੀ, ਬਾਬਾ ਖੇਮ ਸਿੰਘ ਜੀ ਦਿੱਲੀ ਹੋਣੇ ਨੇ, ਦਿੱਲੀ ਕਹਿੰਦੇ ਦਿੱਲੀ ਦੇ ਸੇਠ ਮਿਲਣ ਲਈ ਆਏ ਸਨ, ਵੱਡੇ ਵੱਡੇ ਸੇਠ ਦਿੱਲੀ ਦੇ। ਬਾਬਾ ਖੇਮ ਸਿੰਘ ਜੀ ਭੁੱਚੋ ਸਾਹਿਬ ਵਾਲੇ ਹੁਣ ਚੋਲਾ ਬਦਲ ਗਿਆ ਤੇ ਸਤਸੰਗਤ, ਉਹ ਕਹਿੰਦੇ ਸੇਠ ਜਦੋਂ ਆਏ ਨਾ, ਕਹਿੰਦੇ ਸੇਠਾਂ ਨੇ ਸਾਨੂੰ ਕਿਹਾ, ਵੱਡੇ ਵੱਡੇ ਸੇਠ, ਕਹਿੰਦੇ ਬਾਬਾ ਜੀ ਜਦੋਂ ਬੰਗਲਾ ਸਾਹਿਬ ਜਾਂਦੇ ਹਾਂ, ਸੀਸਗੰਜ ਜਾਂਦੇ ਹਾਂ, ਏਦਾਂ ਬੁੱਕ ਅੱਡ ਕੇ, ਝੋਲੀਆਂ ਅੱਡ ਕੇ ਨਾ, ਗੁਰੂ ਤੇਗ ਬਹਾਦਰ ਸਾਹਿਬ ਕੋਲ, ਗੁਰੂ ਹਰਕ੍ਰਿਸ਼ਨ ਸਾਹਿਬ ਕੋਲੋਂ ਮੰਗਦੇ ਆ ਝੋਲੀਆਂ ਅੱਡ ਕੇ। ਸਵੇਰੇ ਕਾਰੋਬਾਰ ਜਾਣ ਤੋਂ ਪਹਿਲਾਂ ਮੱਥਾ ਟੇਕਣ ਜਾਂਦੇ ਹਾਂ ਤੇ ਝੋਲੀਆਂ ਅੱਡ ਲਈਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ, ਝੋਲੀਆਂ ਅੱਡ ਲਈਦੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਅੱਗੇ ਬੰਗਤੇ ਬਣ ਕੇ। ਤੇ ਕਹਿੰਦੇ ਜਦੋਂ ਕਾਰੋਬਾਰ ਤੋਂ ਵਾਪਸ ਘਰ ਜਾਈਦਾ, ਗੁਰੂ ਦੀ ਇੱਕ ਗੋਲਕ ਲਾਈ ਹੋਈ ਹੈ, ਗੁਰੂ ਦੀ ਇੱਕ ਗੋਲਕ ਘਰ, ਕਹਿੰਦੇ ਜੋ ਦਿਨ ਦੇ ਵਿੱਚ ਕਮਾਇਆ ਉਸੀ ਦਿਨ ਹੀ ਨਗਦੋ ਨਗਦੀ ਗੁਰੂ ਦਾ ਦਸਵੰਧ ਉਸ ਗੋਲਕ ਚ ਪਾ ਦੇਈਦਾ। ਆਖੋ ਸਤਨਾਮ, ਸਵੇਰੇ ਏਦਾਂ ਝੋਲੀਆਂ ਅੱਡੀ ਦੀਆਂ ਸਤਿਗੁਰ ਪ੍ਰਤੇਕ ਬਹਾਦਰ ਸਾਹਿਬ ਖੈਰ ਪਾਓ, ਕਾਰੋਬਾਰ ਚੱਲੇ ਆ, ਕਿਰਪਾ ਰੱਖਣੀ ਅੱਜ ਸਾਰੇ ਦਿਨ। ਹੁਣ ਸਾਰੇ ਦਿਨ ਦੇ ਵਿੱਚ ਗੁਰੂ ਤੇਗ ਬਹਾਦਰ ਨੇ ਆਪਣਾ ਫਰਜ਼ ਤਾਂ ਅਦਾ ਕਰਤਾ, ਕਿਰਪਾ ਰੱਖਤੀ, ਕਹਿੰਦੇ ਹੁਣ ਸਾਡਾ ਵੀ ਤਾਂ ਫਰਜ਼ ਹੈ ਨਾ, ਤੇ ਜੇ ਉਹ ਗੁਰੂ ਦਾ ਦਸਵੰਧ ਨਾ ਕੱਢੀਏ ਖਾ ਜਾਈਏ ਤੇ ਫਿਰ ਹਰਾਮ ਖੋਰ। ਆਖੋ ਸਤਨਾਮ, ਬੇਈਮਾਨ, ਬੇਈਮਾਨ ਤੇ ਬੇਈਮਾਨ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੇ। ਕਹਿੰਦੇ ਸਵੇਰੇ ਝੋਲੀਆਂ ਅੱਡ ਕੇ ਮੰਗਤੇ ਬਣ ਕੇ ਗੁਰੂ ਕੋਲੋਂ ਮੰਗਦੇ ਆ, ਕਾਰੋਬਾਰ ਕਰਦੇ ਆ ਸਾਰਾ ਦਿਨ, ਤੇ ਸਾਰਾ ਦਿਨ ਕਾਰੋਬਾਰ ਕਰਕੇ ਰਾਤੀ
गुरु सानू दाते बना देंदे ने, फिर दसवां हिस्सा काट के गुरु दे नाम दा उस गोलक जे पाने आ, ते जिथे जिथे लोड़ होंदी आ उथे उथे सहायता करके गुरु दियां खुशियां लैंदे आ। को सतनाम गुरु दियां खुशियां। कहते जिसकी वस्त तिस आ गए प्रभ की आग्या माने माथे। बाबा जी कहन लगे, बाबा खेम सिंह जी कहते जे गुरु को मंगया ते गुरु ने दे देता, जदों गुरु ने देता और तुसी गुरु का हिस्सा कट दिता ना, ईमानदारी ना कट दिता, कहते फिर मैं सच कही ना, फिर गुरु भी अगों घट नहीं करनगे, चार गुणा वधा के ओदा तुहानू देणगे। आखो सतनाम। उस ते चौगुण करे निहाल, उस ते चौगुण करे निहाल, नानक साहेब सदा दयाल, नानक साहेब सदा दयाल। तू ऐसा काम कर लिया, ऐसा काम कर लिया, ऐसा काम कर लिया सिखा कि गुरु दी सदा खुशियां ले गया। को सतनाम। नानक साहेब सदा दया, नानक साहेब सदा दया, नानक साहेब सदा दया, सदा दयालता दे घर च आके साहब ने चार गुणा दिता, चार गुणा। फिर बाबा खेम सिंह जी वो सेठां नूं समझाउण लगे, कहिंदे दसो सेठो किसी नूं ब्याजी पैसा दिता, ध्यान देना, किसी नूं ब्याजी पैसा दिता, ये सोच के दिता इत्थे मेरा पैसा महफूज है, पहली सोच। दूजी सोच इत्थे मेरा पैसा वधेगा, इदां ही होंदा ना जी, आई सोचा होंदी कि इत्थे पैसा महफूज है, इत्थे पैसा वधेगा। ते कहिंदे जे पैसा महफूज भी है, वधदा भी पिया, ते कहिंदे अगों होर दे दिंदा, अगों होर दे दिंदा कि महफूज भी है और वधदा भी पिया, होर लोड़ है तैनू होर ले लै भाई, होर ले लै। ते जे कहिंदे अगों बेईमान हो गया, ध्यान देना, जिन्हों बंदे ने ब्याजी दिता ते लैण वाला बेईमान हो गया, कहिंदे देण वाला कढ़ाता लैंदा, औखे सौखे होके कढ़ाता लैंदा, पर मुड़ के फिर इतबार नहीं करदा। को सतनाम। मुड़ के इतबार नहीं करदा, मुड़ के नहीं देंदा, भावे अगला सोने का बन के आ जाए, नहीं देंदा, नहीं देंदा। इसी तरह ही बाबा खेम सिंह जी सेठा नूं समझाण लगे, जे गुरु तेग बहादुर साहब तुहानूं दे रहे ने, ते साहिब कहिंदे इन्हां नूं दे रहे हां, महफूज है साडा दसवंद। आखो सतनाम। महफूज है, भले खाते लाणगे, रोज हथों हथी नगदो नगदी कढ़दे ने, नगदो नगदी, ऐदां कढ़िया करो संगत जी, ऐदां कढ़िया करो नगदो नगदी, खेड़ तगदो नगदी दी है, कढ़ दिओ अज तगदो नगदी, कढ़ोगे कल चार गुणा वध के मिलेगा जी। आ मेरी बेनती है तुहाडे चरणां च, कई कहिंदे जी साल बाद कढ़ लांगे, कई कहिंदे महीने बाद, चलो जिदां जिदां तुहाडा काम दा हिसाब किताब है कर लो, पर जे नगदो नगदी कढ़ दो ना हथों हथ, ते कहिंदे हथों हथ बख्शिश होएगी। आखो सतनाम। मैनू ना किसी ने दसिया, जदों ये अगे प्रकरण लाया सी दसवंद, साडे संगी उन्होंने बड़ी हर्ट की गल की दसवंद, कहिंदे असी कढ़दे नहीं, उन्होंने हर्ट की उस बच्चे नूं, उन्हें घर फैसला किया पिता दे नाल, भरा दे नाल, वो भी नेक रूह, उन्होंने कहा कहिंदे नहीं कोई नहीं, जे आपां इदां सुणिया ते कढ़ांगे। ते वो मेरे कोल आ गया, कहिंदे जी साडा मनियारी दा काम है, छुटकर छुटकर जी एडे सौदे पे होंदे ने, किसी दे हुण 10% बचदा, किसी दे 20%, किसी दे 5%, किसी दे 4%, किसी दे 25%। कहिंदे जी किवें जोड़ी, कहिंदे ये तो असीं कढ़ ही नहीं सकदे, ते कहिंदे अज तक यही यही बहाने करके असीं कढ़ नहीं सके अज तक, कहिंदे यही बहाना सी कि किवें कढ़ी है जी, किदां साडे कोल नहीं कढ़िया जा सकदा, साडा काम ही ऐसा है जी, कई ना इदां दे बहाने लांदे ने, इदां दे ना बई ना, हर करता सब कुछ जानदा, सब कुछ जानदा, सब जानदा, तू किहड़े किहड़े बहानियां दे फिरी जांदा। ते दास ने इन्नी गल कही, मैं कह की पूछदा, कहिंदे जी आ किसे दे 4% है, किसे दे 5, किसे दे 20, किसे दे 25%, किसे दे 10%, किसे दे 12, कहिंदे किद्दां करी, मैं कह यार कढ़न दा मन होवे ना, ध्यान देना, जे नीयत होवे दसवंद कढ़न दी, जे नीयत, फिर
ਫਿਰ ਮੇਰੀ ਗੱਲ ਸੁਣ ਲਓ, ਜੇ ਨੀਅਤ ਪੱਕੀ ਹੋਵੇ ਦਸਵੰਧ ਕੱਢਣ ਦੀ, ਮੈਂ ਕਿਹਾ ਰਾਹ ਤੂੰ ਆਪ ਹੀ ਕੱਢ ਲਏਗਾ। ਆਖੋ ਸਤ ਨਾਮ। ਮੈਨੂੰ ਪੁੱਛਣਾ, ਮੈਂ ਰਾਹ ਤੂੰ ਆਪ ਹੀ ਕੱਢ ਲਏਗਾ। ਕਹਿੰਦੇ ਨਹੀਂ, ਅਸੀਂ ਇਹ ਸੋਚਿਆ ਕਿ ਇੱਕ ਐਵਰੇਜ ਕਰ ਲਈਏ, ਐਵਰੇਜ ਕਰਕੇ ਤਕਰੀਬਨ 15-17% ਬਣਦਾ, ਫਿਰ ਕੱਢ ਦਈਏ। ਮੈਂ ਕਿਹਾ ਦੇਖ ਰਾਹ ਕੱਢ ਕੇ ਆਇਆ ਨਾ, ਰਾਹ ਕੱਢ, ਤੇਰੀ ਨੀਅਤ ਹੈ ਰਾਹ ਕੱਢਣ ਦੀ ਦਸਵੰਧ, ਤੇ ਰਾਹ ਵੀ ਨਿਕਲੇਗਾ, ਪਰ ਨੀਅਤ ਹੀ ਨਹੀਂ ਨਾ। ਜੋ ਮਰਜ਼ੀ ਕਰ ਲਓ ਜੀ, ਦਸਵੰਧ ਦਾ ਖਾਤਾ ਖੁੱਲੇਗਾ ਹੀ ਨਹੀਂ। ਆਖੋ ਸਤਨਾਮ। ਫਿਰ ਸਾਹਿਬ ਕਹਿੰਦੇ ਨੇ, ਵੱਡਾ ਬੇਈਮਾਨ ਅਗਿਆਨੀ ਮਨ ਰੋਸ ਕਰੇ ਵਾਲੀ ਗੱਲ ਹੋ ਜਾਏਗੀ। ਧਿਆਨ ਦੇ, ਬਾਬਾ ਖੇਮ ਸਿੰਘ ਜੀ ਕਹਿਣ ਲੱਗੇ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਨੂੰ ਦੇ ਰਹੇ ਨੇ, ਤੇ ਯਕੀਨ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੇਰਾ ਦਸਵੰਧ ਇੱਥੇ ਮਹਿਫੂਜ਼ ਹੈ, ਔਰ ਮਹਿਫੂਜ਼ ਦੇ ਨਾਲ ਨਾਲ ਇਹ ਸਹੀ ਅਰਥਾਂ 'ਚ ਲੱਗ ਵੀ ਰਿਹਾ। ਰੋਜ਼ ਕਿਸੇ ਗਰੀਬ ਗੁਰਬੜੇ ਦੇ, ਕਿਸੇ ਲੋੜਵੰਦ ਦੇ ਕਾਰਜਾਂ 'ਚ, ਕਿਸੇ ਦੁਖਿਆਰੇ ਦੇ ਕਾਰਜਾਂ ਦੇ ਵਿੱਚ ਲੱਗ ਰਿਹਾ। ਸਾਹਿਬ ਕਹਿਣਗੇ, ਲੈ ਬਈ ਹੋਰ ਲੈ ਲੈ। ਆਖੋ ਸਤਨਾਮ। ਹੋਰ ਲੈ ਲੈ, ਕਿਉਂ? ਪੈਸਾ ਵੀ ਮਹਿਫੂਜ਼ ਹੈ ਤੇ ਨੇਕ ਕੰਮ ਦੇ ਵਿੱਚ ਵੀ ਲੱਗ ਰਿਹਾ। ਮਹਾਰਾਜ ਫਿਰ ਕਹਿਣ, ਜੇ ਤੁਸੀਂ, ਤੁਹਾਡਾ ਪੈਸਾ ਮਹਿਫੂਜ਼ ਹੋਵੇ ਔਰ ਤੁਹਾਨੂੰ ਪੂਰਾ ਵਿਆਜ ਤੁਹਾਨੂੰ ਆਉਂਦਾ ਹੋਵੇ, ਆਮਦਨ ਵੱਧਦੀ ਹੋਵੇ ਤੁਹਾਡੀ, ਦੱਸੋ ਤੁਸੀਂ ਜੇ ਉਹ 5 ਲੱਖ ਦਿੱਤਾ, 5 ਹੋਰ ਦੇਣ ਲਈ ਤਿਆਰ ਹੋ ਜਾਓਗੇ? ਯਾਰ ਲੈ ਲੈ, ਯਾਰ ਲੈ ਲੈ, ਇੱਦਾਂ ਗੱਲ ਕਰੋਗੇ ਤੁਸੀਂ ਉਹਦੇ ਨਾਲ? ਤੇ ਸਾਹਿਬ ਵੀ ਕਹਿਣਗੇ, ਲੈ ਲੈ ਯਾਰਾ, ਹੋਰ ਲੈ ਲੈ। ਆਖੋ ਸਤਨਾਮ। ਪੂਰਾ ਦਸਵੰਧ ਕੱਢਦਾ ਹੈ, ਗਰੀਬਾਂ ਦੇ ਉੱਪਰ ਲਾਉਂਦਾ, ਖੁਸ਼ੀਆਂ ਲੁੱਟਦਾ, ਉਹ ਲੈ ਯਾਰਾ, ਹੋਰ ਲੈ ਲੈ, ਹੋਰ ਲੈ ਲੈ, ਹੋਰ ਲੈ ਲੈ, ਏਦਾਂ ਸਾਹਿਬ, ਏਦਾਂ ਸਾਹਿਬ ਤੁਹਾਨੂੰ ਦੇਣਗੇ। ਆਖੋ ਸਤਨਾਮ। ਉਸ ਤੇ 4 ਗੁਣ ਕਰੇ ਨਿਹਾਲ, 4 ਗੁਣਾ ਤੁਹਾਡੇ ਤੋਂ ਲੁਟਾਣਗੇ, ਲੁਟਾਣਗੇ, ਲੈ ਲੈ ਯਾਰਾ, ਲੈ ਲੈ। ਉਸ ਤੇ 4 ਗੁਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ, ਨਾਨਕ ਸਾਹਿਬ ਸਦਾ ਦਿਆਲ, ਹਾਂਜੀ, ਨਾਨਕ ਸਾਹਿਬ ਸਦਾ ਦਿਆਲ, ਨਾਨਕ ਸਾਹਿਬ ਸਦਾ ਦਿਆਲ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਪ੍ਰਭ ਕੀ ਆ ਗਿਆ ਮਨ ਮਾਥੇ, ਜੀ ਪ੍ਰਭ ਕੀ ਆ ਗਿਆ ਮਨ ਮਾਥੇ, ਪ੍ਰਭ ਕੀ ਆ ਗਿਆ ਮਨ ਮਾਥੇ, ਪ੍ਰਭ ਕੀ ਆ ਗਿਆ ਵਾਹਿਗੁਰੂ।
तिस आके राखे जिसकी बस्त तिस आके राखे 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 जिसकी बस्त तिस आके राखे बस आई तेरे संग कौन बस आई तेरे संग एक सवाल कीता बंदिया तेरे को साहिब ने पता सवाल की है कौन बस आई तेरे संग कौन बस आई तेरे संग जदों तो पैदा होया सी बिल्कुल नगन ਐਡਾ ਜਿਹਾ ਕੱਪੜੇ ਦਾ ਟੋਟਾ ਵੀ ਨਹੀਂ ਆਇਆ ਸੀ ਤੇਰੇ ਨਾਲ ਆਖੋ ਸਾਥੀ ਐਡਾ ਜਿਹਾ ਵੀ ਟੋਟਾ ਨਹੀਂ ਆਇਆ ਸੀ ਤੇ ਸਾਹਿਬ ਤੈਨੂੰ ਇੱਕ ਸਵਾਲ ਕਰ ਰਹੇ ਨੇ ਕੌਣ ਬਸਤ ਆਈ ਤੇਰੇ ਸੰਗ ਕੌਣ ਬਸਤ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਬੜੀ ਸਖਤ ਤਾੜਨਾ ਦੇ ਨਾਲ ਸਾਹਿਬ ਨੇ ਸਮਝਾਇਆ ਲਪਟ ਰਹੇ ਹੋ ਰਸ ਲੋਭੀ ਕਹਿੰਦੇ ਲੋਭੀ ਆ ਤੇਰੇ ਨਾਲ ਆਇਆ ਕੀ ਸੀ ਏਦਾਂ ਲੋਭੀ ਦੀ ਤਰ੍ਹਾਂ ਤੂੰ ਲਪਟ ਗਿਆ ਰਸ ਪਦਾਰਥ ਤੈਨੂੰ ਦਿੱਤੇ ਨੇ ਮਾਣਨ ਵਾਸਤੇ ਮਾਇਆ ਹੈ ਆਨੰਦ ਲਓ ਜੇਬ ਤੱਕ ਰੱਖ ਕੇ ਆਨੰਦ ਲਓ ਮਾਇਆ ਨੂੰ ਹਿਰਦੇ ਵਿੱਚ ਬਾ ਕੇ ਉਹਨੂੰ ਸਿਰ ਤੇ ਨਾ ਚੜਾਓ ਆਖੋ ਸਤਨਾਮ ਜਦੋਂ ਮਾਇਆ ਸਿਰ ਚੜ ਬੋਲਦੀ ਨਾ ਬੋਲਣ ਦੀ ਤਹਿਜ਼ੀਬ ਖਤਮ ਹੋ ਜਾਂਦੀ ਹੈ ਵਰਤਣ ਦੀ ਤਹਿਜ਼ੀਬ ਖਤਮ ਹੋ ਜਾਂਦੀ ਹੈ ਵੱਡੇ ਛੋਟੇ ਦਾ ਲਿਹਾਜ਼ ਖਤਮ ਹੋ ਜਾਂਦਾ ਜਦੋਂ ਮਾਇਆ ਸਿਰ ਚੜ ਬੋਲਦੀ ਕੌਣ ਬਸ ਆਈ ਤੇਰੇ ਸੰਗ ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਹਾਂਜੀ ਲਪਟ ਰਹੇ ਹੋ ਰਸ ਲੋਭੀ ਪਤੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਵਾਹਿਗੁਰੂ ਵਾਹਿਗੁਰੂ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਕਿਰਤ ਵਿਰਤ ਕਰ ਹੱਥੋਂ ਦੇ ਕੇ ਭਲਾ ਮਨਾਵੇ ਹੱਥੋਂ ਦੇ ਕੇ ਭਲਾ ਮਨਾਵੇ ਬੰਦਾ 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 ਸੋਚਦਾ ਮੈਂ ਉਹਦੀ ਮਦਦ ਕੀਤੀ ਉਹਦਾ ਭਲਾ ਕੀਤਾ ਇਹਦੇ
ਮੈਂ ਉਹਦੀ ਮਦਦ ਕੀਤੀ ਉਹਦਾ ਭਲਾ ਕੀਤਾ। ਸਾਹਿਬ ਕਹਿੰਦੇ ਨਹੀਂ, ਤੂੰ ਉਹਦੀ ਮਦਦ ਕੀਤੀ ਆਪਣਾ ਭਲਾ ਕੀਤਾ। ਆਖੋ ਸਤਨਾਮ, ਹੱਥੋਂ ਦੇ ਕੇ ਭਲਾ ਮਨਾ। ਤੂੰ ਉਹਦੀ ਮਦਦ ਕੀਤੀ ਆਪਣਾ ਭਲਾ ਕੀਤਾ, ਉਹਦੇ ਭਲੇ ਦੇ ਵਿੱਚ ਤੇਰਾ ਭਲਾ ਹੈ। ਆਖੋ ਸਤਨਾਮ। ਕਿਰਤ ਵਿਰਤ ਕਰ ਕਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਕਿਰਤ ਵਿਰਤ ਕਰ ਕਰਮ ਦੀ, ਰੱਬ ਨੇ ਤੁਹਾਨੂੰ ਚਾਰ ਛਿੱਲੜ ਦਿੱਤੇ ਨੇ ਨਾ, ਧਿਆਨ ਦੇਣਾ। ਜੇ ਰੱਬ ਨੇ ਤੁਹਾਨੂੰ ਮਾਇਆ ਦਿੱਤੀ ਹੈ, ਉਹ ਪਿਆਰਿਓ ਸ਼ੁਭ ਕਰਮ, ਸ਼ੁਭ ਕਰਮ ਬੀਜ ਜਾਓ, ਬੀਜ ਜਾਓ। ਚਲੋ ਬੰਦੇ ਦਾ ਜਿਗਰਾ ਨਹੀਂ ਪੈਂਦਾ, ਸਹੀ ਮੈਨੇਜਰ ਨਹੀਂ ਪੈਂਦਾ, ਪਰ ਜੇ ਦਸਵੰਧ ਕੱਢਦਾ ਹੋਏਗਾ, ਜੇ ਦਸਵੰਧ ਕੱਢਦਾ ਹੋਏਗਾ, ਫਿਰ ਬੜਾ ਜਿਗਰਾ ਖੁੱਲ ਜਾਂਦਾ ਜੇ। ਆਖੋ ਸਤਨਾਮ। ਹੁਣ ਇੱਕ ਬੰਦਾ ਦਸਵੰਧ ਕੱਢ ਰਿਹਾ, ਉਹਨੇ ਗੁਰੂ ਦੇ ਨਾਮ ਦੀ ਗੋਲਕ ਲਾਈ ਹੈ, ਗੁਰੂ ਦੇ ਨਾਮ ਦੀ ਗੋਲਕ ਦੇ ਵਿੱਚ ਉਹ ਪਾ ਰਿਹਾ, ਪਾ ਰਿਹਾ, ਪਾ ਰਿਹਾ, ਜਿੱਥੇ ਲੋੜ ਹੈ ਵਰਤ ਰਿਹਾ। ਇੱਕ ਬਹੁਤ ਸਾਧ ਸੰਗਤ, ਬਹੁਤ ਲੋੜਵੰਦ, ਬਹੁਤ ਲੋੜਵੰਦ ਉਹਦੇ ਦਰ ਤੇ ਆ ਗਿਆ, ਬਹੁਤ ਲੋੜਵੰਦ। 25,000 ਰੁਪਏ ਪਿੱਛੇ ਉਹਦੀ ਪੱਤ, ਉਹਦੀ ਅਜਮਤ, ਉਹਦੀ ਸਾਧ ਸੰਗਤ ਇੱਜ਼ਤ ਖਤਮ ਹੋ ਰਹੀ ਹੈ ਖਾਲੀ 25,000 ਪਿੱਛੇ। ਉਹਨੇ ਹੱਥ ਅੱਡਿਆ, ਹੁਣ ਤੂੰ ਗੁਰੂ ਦੀ ਗੋਲਕ ਲਾਈ ਨਾ, ਤੇਰੇ ਅੰਦਰ ਦਇਆ ਉਤਪੰਨ ਹੋ ਜਾਏਗੀ। ਆਖੋ ਸਤਨਾਮ। ਤੈਨੂੰ ਪਤਾ ਹੈ ਇਹ ਮੇਰੇ ਨਹੀਂ, ਇਹ ਧਰਮ ਕਾਰਜਾਂ ਦੇ ਨੇ, ਇਹ ਮੇਰੇ ਨਹੀਂ। ਮੈਂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ, ਮੈਂ ਆਪਣੇ ਤੇ ਨਹੀਂ ਖਰਚ ਸਕਦਾ, ਇਹ ਇਹਨਾਂ ਵਾਸਤੇ। ਤੂੰ ਝੱਟ ਹੱਥ ਪਾਏਗਾ, ਲੈ ਸੱਜਣਾ, ਲੈ ਕੰਮ ਸਾਰ, ਜਾਂ ਕੰਮ ਸਾਰ ਆਂਦਰਾਂ ਤੋਂ ਸੀਸਾਂ ਦੇਗਾ, ਆਂਦਰਾਂ ਤੋਂ ਤੁਸੀਂ ਉਹਦੀ ਪੱਤ ਬਚਾਈ, ਆਂਦਰਾਂ ਤੋਂ ਸੀਸਾਂ। ਇੱਕ ਦਇਆ ਹੋ ਗਈ, ਧਰਮ ਕਮਾਇਆ ਗਿਆ, ਇੱਕ ਉਹਦੀ ਅਸੀਸ, ਉਹਦੀ ਖੁਸ਼ੀਆਂ ਮਿਲ ਗਈਆਂ। ਤੇ ਜੇ ਦਸਵੰਧ ਨਹੀਂ ਕੱਢਦੇ ਹੁੰਦੇ, ਉਹ ਗੋਲਕ ਨਹੀਂ ਲਾਈ। ਚਲੋ ਪ੍ਰੈਕਟੀਕਲ ਹੁੱਕ, ਵੀ ਪ੍ਰੈਕਟੀਕਲ, ਅਗਰ ਗੋਲਕ ਨਹੀਂ ਲਾਈ, ਕੋਈ ਦਸਵੰਧ ਦਾ ਖਾਤਾ ਨਹੀਂ ਹੈ, ਹੁਣ ਉਹ ਆ ਗਿਆ 25,000, ਉਹ ਜਿਤਨਾ ਮਰਜ਼ੀ ਗਿੜਗੜਾ ਲਵੇ, ਬਹੁਤ ਘੱਟ ਹੋਣਗੇ ਜਿਹੜੇ ਖੀਸੇ ਚੋਂ ਕੱਢ ਕੇ ਲੈ ਭਰਾਵਾ 25,000, ਬਹੁਤ ਘੱਟ, ਜਿਗਰਾ ਹੀ ਨਹੀਂ ਪਏਗਾ। ਆਖੋ ਸਤਨਾਮ। ਜਿਗਰਾ ਹੀ ਨਹੀਂ ਪਏਗਾ, ਪਏਗਾ ਹੀ ਨਹੀਂ ਜਿਗਰਾ। ਉਹ ਵਿਚਾਰਾ ਕੁਰਲਾਂਦਾ ਹੋਇਆ ਅੱਗੇ ਲੱਗ, ਮੈਂ 5-7 ਤਾਂ ਕਰ ਸਕਦਾ, ਬਾਕੀ ਤੂੰ ਦੇਖ ਲੈ। ਉਹ ਭਾਈ ਮੇਰਾ ਸਰਨਾ ਨਹੀਂ, ਮੈਂ ਸਾਰਿਆਂ ਕੋਲ ਉਹ ਆਇਆ, ਦੇ ਦੇ ਯਾਰ, ਉਹ ਕਿੱਥੋਂ ਮੈਂ ਬਿਜ਼ਨਸ ਚੋਂ ਕੱਢਾਂਗਾ, ਹਿੱਲ ਜਾਏਗਾ ਕੰਮ, ਆਹ ਹੋ ਜੂ, ਉਹ ਨਹੀਂ ਜਿਗਰਾ ਪੈਂਦਾ। ਹੋਣਗੇ ਵੀ ਤੇ ਜਿਗਰਾ ਨਹੀਂ ਪੈਂਦਾ, ਕਿਉਂਕਿ ਤੂੰ ਉਹ ਗੁਰੂ ਦੇ ਨਾਮ ਦਾ ਕੱਢੀ। ਗੁਰੂ ਕਹਿੰਦੇ ਨੇ ਤੈਨੂੰ ਧਰਮ ਦੇ ਕੰਮ ਕਰਨੇ ਸਿਖਾਉਂਦਾ ਵਾਂ ਮੈਂ, ਉਹ ਤੈਨੂੰ ਧਰਮ ਕਮਾਉਣਾ ਸਿਖਾਉਂਦਾ ਵਾਂ ਮੈਂ। ਆ ਕੱਢ ਤਾਂ ਸਹੀ ਦਸਵੰਧ, ਆਪੇ ਧਰਮ ਕਮਾਈ ਜਾਏਗਾ। ਆਖੋ ਸਤਨਾਮ। ਕਮਾਈ ਜਾਏ। ਬਾਬਾ ਸੁਜਾਨ ਸਿੰਘ ਜੀ ਦੇ ਕੋਲ ਇੱਕ ਸਰੀਰ ਆਇਆ ਜੀ, ਧਿਆਨ ਦੇਣਾ। ਉਹਨੇ ਆ ਕੇ ਬਾਬਾ ਸੁਜਾਨ ਸਿੰਘ ਜੀ ਨੂੰ ਬੇਨਤੀ ਕੀਤੀ। ਬਾਬਾ ਸੁਜਾਨ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਦੇ ਕੀਰਤਨੀਏ ਸਨ, ਤੁਹਾਨੂੰ ਪਤਾ ਹੋਣਾ। ਉਹਨੇ ਆ ਕੇ ਬੇਨਤੀ ਕੀਤੀ ਬਾਬਾ ਸੁਜਾਨ ਸਿੰਘ ਜੀ ਨੂੰ, ਕਹਿੰਦੇ ਮੈਨੂੰ ਬਹੁਤ ਲੋੜ ਹੈ, 500 ਰੁਪਈਆ ਦੇ ਦੇ। ਬਾਬਾ ਸੁਜਾਨ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਕਿਹਾ, ਲਿਆ 500 ਅੰਦਰੋਂ ਦੇ ਦੇ ਜੀ ਪਿਤਾ ਜੀ, ਦੇ। ਉਹ ਚਲਾ ਗਿਆ। ਕੁਝ ਦਿਨ ਲੰਘੇ, ਫਿਰ ਆ ਗਿਆ, ਕਹਿੰਦੇ ਮਹਾਂਪੁਰਸ਼ੋ 500 ਰੁਪਏ ਦੀ ਲੋੜ ਹੈ। ਪੁੱਤਰ ਨੂੰ ਕਿਹਾ, ਕਹਿੰਦੇ ਜਾ 500 ਰੁਪਇਆ ਲਿਆ, ਇਹਨੂੰ ਦੇ ਦੇ, ਪੈਸੇ ਦੇ ਦੇ। ਪੁੱਤਰ ਥੋੜਾ ਸ਼ੰਸ਼ਾ ਦੇ ਵਿੱਚ, ਸ਼ੰਕਾ ਦੇ ਵਿੱਚ, ਕਿ ਕਮਾਲ ਹੋ ਗਈ ਬਈ, ਪਹਿਲੇ ਵੀ ਆਇਆ 500 ਦੇਤੇ, ਹੁਣ ਵੀ 500 ਦੇਤੇ, ਚਲੋ। ਕੁਝ ਦਿਨ ਲੰਘੇ, ਫਿਰ ਆ ਗਿਆ, ਕਹਿੰਦੇ ਮਹਾਂਪੁਰਖੋ 500 ਰੁਪਏ ਦੀ ਲੋੜ ਹੈ, ਬੇਟਾ ਜਾ 500 ਰੁਪਇਆ ਲਿਆ, ਦੇ ਦੇ। ਹੁਣ ਪੁੱਤਰ ਜੀ ਗਏ, 500 ਰੁਪਇਆ ਲਿਆ, ਦੇ ਦਿੱਤੇ, ਪਿਤਾ ਜੀ ਦਾ ਹੁਕਮ ਹੈ, ਦੇ ਦਿੱਤਾ। ਕੁਝ ਦਿਨ ਲੰਘੇ, ਚੌਥੀ ਵਾਰੀ ਆ ਗਏ ਉਹ ਭਾਈ ਸਾਹਿਬ, ਫਿਰ ਚੌਥੀ ਵਾਰੀ, ਕਹਿੰਦੇ ਮਹਾਂਪੁਰਖੋ 500 ਰੁਪਏ ਦੀ ਲੋੜ ਹੈ, ਕਹਿੰਦੇ ਬੇਟਾ ਜਾ 500। ਕਹਿੰਦੇ ਜੀ 3 ਵਾਰੀ ਲੈ ਚੁੱਕੇ ਆ, ਵਾਪਸ ਮੋੜ ਨਹੀਂ ਰਿਹਾ, ਪੁੱਛੋ ਤਾਂ ਸਹੀ ਕਰਨਾ ਕੀ ਹੈ ਇਹਨੇ। ਕਹਿੰਦੇ ਪਹਿਲੇ ਲੈ ਕੇ ਆ, ਬਾਅਦ 'ਚ ਗੱਲ ਕਰਾਂਗੇ। ਮਹਾਂਪੁਰ ਕਹਿੰਦੇ ਪਹਿਲੇ ਲੈ ਕੇ ਆ। ਕਹਿੰਦੇ ਉਹ ਪੁੱਤਰ ਜੀ ਗਏ, ਲਿਆਏ 500, ਮਹਾਂਪੁਰਖਾਂ ਨੇ ਉਹਨੂੰ 500 ਦਿੱਤਾ, ਉਹਨੂੰ ਤੋਰ ਦਿੱਤਾ। ਕਹਿੰਦੇ ਪਿਤਾ ਜੀ ਕਮਾਲ ਕਰ ਦਿਓ,
ਚਾਰ ਵਾਰੀ ਹੋ ਚੁੱਕਾ ਹੈ, ਉਹ ਆਂਦਾ ਲੈ ਜਾਂਦਾ, ਆਂਦਾ ਲੈ ਜਾਂਦਾ, ਕਹਿੰਦੇ ਕਮਾਲ ਹੈ, ਤੁਸੀਂ ਪੁੱਛਦੇ ਵੀ ਨਹੀਂ, ਕਹਿੰਦੇ ਇਹ ਕਮਾਲ ਦੀ ਗੱਲ। ਬਾਬਾ ਸੁਜਾਨ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੈਨੂੰ ਪਤਾ ਹੈ ਕੌਣ, ਤੈਨੂੰ ਪਤਾ? ਕਹਿੰਦੇ ਨਹੀਂ ਪਤਾ ਜੀ। ਕਹਿੰਦੇ ਬਾਬਾ ਆਨੰਦ ਸਿੰਘ ਜੀ ਦੇ ਵੇਲੇ ਦਾ ਇਹ ਬਾਬਾ ਆਨੰਦ ਸਿੰਘ ਜੀ ਦਾ ਸੰਗੀ ਹੈ, ਤੇ ਕਹਿੰਦੇ ਇਹ ਇੰਨਾ ਧਨਾੜ ਸੀ, ਇੰਨਾ ਧਨਾੜ, ਇਹਦੇ ਕੋਲ ਐਡੀ ਮਾਇਆ ਸੀ ਕਿ ਸਾਂਭਦਿਆਂ ਨਹੀਂ ਸਮਝਦੀ ਸੀ ਇਹਦੇ ਕੋਲ ਮਾਇਆ, ਤੇ ਬਹੁਤ ਜ਼ਿਆਦਾ ਇਹਦਾ ਪੁੰਨ ਦਾਨ ਸੀ, ਬਹੁਤ ਜ਼ਿਆਦਾ। ਕੋਈ ਗਰੀਬ ਇਹਦੇ ਕੋਲ ਚਲਾ ਜਾਂਦਾ ਸੀ ਤੇ ਇਹਦੇ ਦਰ ਤੋਂ ਖਾਲੀ ਨਹੀਂ ਆਉਂਦਾ ਸੀ। ਜੇ ਕਿਸੇ ਨੇ ਬਾਬਾ ਜੀ ਨੂੰ ਵੀ ਬੇਨਤੀ ਕਰਨੀ ਨਾ, ਬਾਬਾ ਜੀ ਨੂੰ, ਬਾਬਾ ਜੀ ਕਹਿੰਦੇ ਜਾ ਉਹਦੇ ਕੋਲ ਜਾ, ਤੇਰੀ ਲੋੜ ਉਹ ਪੂਰੀ ਕਰੇਗਾ, ਉਹਦੇ ਕੋਲ ਜਾ ਲੋੜ ਪੂਰੀ, ਤੇ ਉਹਦੇ ਕੋਲ ਆਉਂਦਾ ਸੀ, ਕਹਿੰਦੇ ਇਹਦੇ ਕੋਲ ਆਉਂਦਾ ਸੀ, ਖਾਲੀ ਨਹੀਂ ਜਾਂਦਾ ਸੀ, ਏਦਾਂ ਮੁੱਠੀ ਭਰ ਕੇ ਉਹਨੂੰ ਦੇ ਦੇਣੀ, ਜਾ ਤੂੰ ਆਪਣਾ ਕਾਰਜ ਕਰ। ਤੇ ਕਹਿੰਦੇ ਪਾਕਿਸਤਾਨ ਦੀ ਵੰਡ ਹੋਈ, ਪਾਕਿਸਤਾਨ ਰਹਿੰਦਾ ਸੀ ਉਸ ਪਾਸੇ, ਰਹਿੰਦਾ ਸੀ ਜੀ, ਉਦੋਂ ਪਾਕਿਸਤਾਨ ਨਹੀਂ ਬਣਿਆ ਸੀ। ਜਦੋਂ ਪਾਕਿਸਤਾਨ ਇੱਧਰ ਹਿੰਦੁਸਤਾਨ ਪਾਕਿਸਤਾਨ ਬਣਿਆ, ਵੰਡ ਹੋਈ, ਉੱਧਰੋਂ ਇੱਧਰ ਆ ਗਿਆ, ਸਾਰਾ ਕੁਝ ਉਜੜ ਗਿਆ, ਉੱਧਰ ਜਿਤਨਾ ਸੀ ਸਭ ਖਤਮ ਹੋ ਗਿਆ। ਇਹ ਬਾਬਾ ਸੁਜਾਨ ਸਿੰਘ ਜੀ ਪੁੱਤਰ ਜੀ ਨੂੰ ਦੱਸਦੇ ਪਏ ਨੇ, ਸਭ ਕੁਝ ਖਤਮ ਹੋ ਗਿਆ, ਅਰਸ਼ਾਂ ਤੋਂ ਫਰਸ਼ਾਂ 'ਚ ਆ ਗਿਆ, ਕਹਿ ਲਓ ਰਾਜਾ ਤੋਂ ਭਿਖਾਰੀ ਬਣ ਗਿਆ, ਇੱਥੇ ਆ ਕੇ ਬੜੇ ਕੰਮ ਕੀਤੇ ਸੈੱਟ ਨਹੀਂ ਬੈਠੇ, ਬੜੇ ਕੰਮ ਕੀਤੇ ਸੈੱਟ ਨਹੀਂ ਬੈਠੇ। ਕਹਿੰਦੇ ਹੁਣ ਇਹ ਦਿੱਲੀ ਆ ਚੁੱਕਾ, ਮਹਾਂਪੁਰਖ ਦਿੱਲੀ ਸਨ। ਕਹਿੰਦੇ ਆ ਜਦੋਂ ਮੇਰੇ ਕੋਲ ਪਹਿਲੀ ਵਾਰੀ ਆਇਆ, ਮੈਂ ਇਹਨੂੰ ਪਛਾਣਿਆ, ਤੇ ਪੁੱਤਰ ਜੀ ਜਦੋਂ 500 ਰੁਪਇਆ ਪਹਿਲੀ ਵਾਰੀ ਆ ਚੌਥੀ ਵਾਰੀ ਦਿੱਤਾ ਨਾ, ਕਹਿੰਦੇ ਪਹਿਲੀ ਵਾਰੀ ਇਹਨੂੰ 500 ਦਿੱਤਾ ਸੀ ਤੇ ਮੈਂ ਸੀਸ ਨਿਵਾ ਨਿਵਾ ਕੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕੀਤਾ ਸੀ, ਸੱਚਿਆ ਪਾਤਸ਼ਾਹ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਕਹਿੰਦੇ ਪਿਤਾ ਜੀ ਕਿਸ ਕਰਕੇ ਸ਼ੁਕਰਾਨਾ? ਕਹਿੰਦੇ ਸ਼ੁਕਰਾਨਾ ਇਸ ਕਰਕੇ ਪੁੱਤਰ ਜੀ, ਉਦੋਂ ਮੈਂ ਬਾਬਾ ਜੀ ਦੇ ਕੋਲ ਹੁੰਦਾ ਸੀ, ਬਾਬਾ ਜੀ ਦੇ ਕੀਰਤਨੀਆਂ ਸਨ ਬਾਬਾ ਸੁਜਾਨ ਸਿੰਘ। ਕਹਿੰਦੇ ਮੈਂ ਕੋਲ ਹੁੰਦਾ ਸੀ ਬਾਬਾ ਜੀ ਦੇ, ਤੇ ਜਦੋਂ ਇਹ ਮੁੱਠੀ ਬੰਦ ਐਦਾਂ ਭਰ ਭਰ ਮੁੱਠੀਆਂ ਦਾਨ ਕਰਦਾ ਸੀ, ਭਰ ਭਰ ਇਹ ਸੇਵਾ ਦੇ ਕਾਰਜ ਕਰਦਾ ਸੀ, ਭਰ ਭਰ ਇਹ ਲੋਕਾਂ ਦੀਆਂ ਖੁਸ਼ੀਆਂ ਬਟੋਰਦਾ ਸੀ, ਕਹਿੰਦੇ ਮੇਰੇ ਮਨ 'ਚ ਉਹਦੇ ਉਦੋਂ ਆਉਂਦਾ ਸੀ, ਉਦੋਂ ਮੇਰੇ ਮਨ 'ਚ ਆਉਂਦਾ ਸੀ ਕਿ ਕਾਸ਼ ਮੇਰੇ ਕੋਲ ਵੀ ਇੰਨੀ ਮਾਇਆ ਹੋਵੇ ਤੇ ਮੈਂ ਵੀ ਭਰ ਭਰ ਮੁੱਠੀਆਂ ਦਾਨ ਕਰਕੇ ਅਸੀਸਾਂ ਵੱਟਾਂ। ਕੋ ਸਤਨਾਮ ਕਹਿੰਦੇ ਪੁੱਤਰ ਜੀ ਅੱਜ ਸ਼ੁਕਰਾਨਾ ਨਿਕਲਿਆ, ਸ਼ੁਕਰਾਨਾ ਪਤਾ ਕਿਉਂ? ਕਹਿੰਦੇ ਇਹਨੂੰ ਅੱਜ ਦੇ ਰਿਹਾ ਪਰ ਮੇਰੀ ਭਾਵਨਾ ਇਹ ਬਣਦੀ ਪਈ ਕਿ ਉਦੋਂ ਦੀ ਸੇਵਾ ਦੇ ਵਿੱਚ ਮੇਰਾ ਵੀ ਹਿੱਸਾ ਪੈ ਰਿਹਾ। ਕੋ ਸਤਨਾਮ ਉਦੋਂ ਦੀ ਸੇਵਾ ਦੇ ਵਿੱਚ ਮੇਰਾ ਵੀ ਹਿੱਸਾ ਪੈ ਰਿਹਾ, ਮੇਰਾ ਵੀ ਹਿੱਸਾ ਪੈ ਰਿਹਾ। ਕਹਿੰਦੇ ਪਿਆਰਿਆ ਇਹ ਮਾਇਆ ਤਾਂ ਅੱਜ ਹੈ, ਕੱਲ ਚਲੀ ਜਾਏਗੀ, ਅੱਜ ਹੈ ਕੱਲ ਚਲੀ ਜਾਏਗੀ, ਕੱਲ ਜਾਏਗੀ ਪਰਸੋਂ ਆ ਜਾਏ, ਉਹ ਇਹ ਤਾਂ ਤੋਰਾ ਫੇਰਾ ਲਾਈ ਰੱਖਦੀ ਹੈ। ਕਿਉਂ ਨਾ ਹੋਵੇ, ਜਦੋਂ ਹੈ ਇਹਨੂੰ ਇੰਨੇ ਭਲੇ ਅਰਥ ਲਾਈਏ, ਇੰਨੇ ਭਲੇ ਅਰਥ ਲਾਈਏ ਕਿ ਇਹ ਮਾਇਆ ਜਦੋਂ ਭਲੇ ਅਰਥ ਲੱਗੇ ਤੇ ਅੱਗੋਂ ਗੁਰੂ ਸਾਹਿਬ ਅੱਗੋਂ ਆਵਾਜ਼ ਗੁਰੂ ਸਾਹਿਬ ਵੱਲੋਂ ਆਵੇ, ਉਸ ਤੇ ਚੌਗੁਣ ਕਰੇ ਨਿਹਾਲ, ਚਾਰ ਗੁਣਾ ਇਹ ਮਾਇਆ ਪਲਟ ਕੇ ਬੱਚਾ ਜੀ ਤੁਹਾਡੇ ਕੋਲ ਆਏਗੀ ਜੇ ਕਿਸੇ ਦੀ ਅਸੀਸ ਲੈ ਲਓਗੇ। ਆਖੋ ਸਤਨਾਮ। ਵਾਹਿਗੁਰੂ 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 ਵਾਹਿਗੁਰੂ। ਜਿਸ ਕੀ ਬਸਤ ਤਿਸ ਆ ਗੈ ਰਾਖੈ, ਜਿਸ ਕੀ ਬਸਤ ਤਿਸ ਆ ਗੈ ਰਾਖੈ, ਜਿਸ ਕੀ ਬਸ ਤਿਸ ਆ ਕੇ ਰਾਖੈ, ਜਿਸ ਕੀ ਬਸ ਤਿਸ ਆ ਕੇ ਰਾਖੈ, ਪ੍ਰਭੂ ਕੀ ਆਗਿਆ ਮਾਨੈ ਮਾਤੈ, ਪ੍ਰਭੂ ਕੀ ਆਗਿਆ ਮਾਨੈ ਮਾਤੈ। ਬੜੀ ਪੁਰਾਣੀ ਗੱਲ ਹੈ, ਕਈ ਵਾਰੀ ਨਾ ਕੁਝ ਗੱਲਾਂ ਹੁੰਦੀਆਂ ਇੱਥੇ ਹਾਰਡ ਡਿਸਕ ਦੇ ਵਿੱਚ ਚਲੀਆਂ ਜਾਂਦੀਆਂ, ਕਦੋਂ ਨਿਕਲਦੀਆਂ ਪਤਾ ਹੀ ਨਹੀਂ ਕਦੋਂ। ਕੁਦਰਤੀ ਹੁਣ ਕੀਰਤਨ ਕਰਦਿਆਂ ਕਰਦਿਆਂ ਮੈਨੂੰ ਯਾਦ ਆ ਗਿਆ ਉਹ ਵਾਕਿਆ, ਕਾਫੀ ਪੁਰਾਣੀ ਗੱਲ ਹੈ। ਅਸੀਂ ਨਾ ਜਾ ਰਹੇ ਸਾਂ, ਦਾਸ ਸੀ ਤੇ ਦਾਸ ਦਾ ਇੱਕ ਮਿੱਤਰ ਸੀ, ਹੈਂਜੀ, ਤੇ ਇੱਕ ਅੱਧਾ ਸਿੰਘ ਹੋਰ ਨਾਲ ਅਸੀਂ ਗੱਡੀ 'ਤੇ ਜਾ ਰਹੇ ਤੇ ਰੈੱਡ ਲਾਈਟ ਦੇ ਵਿੱਚ ਨਾ ਗੱਡੀ ਖੜੀ ਹੋਈ, ਛੋਟਾ ਜਿਹਾ ਇੱਕ ਬੱਚਾ ਆਇਆ, ਉਹਨੇ ਨਾ ਪੈੱਨ ਸੈੱਟ ਪਕੜੇ ਹੋਏ ਸੀ, ਪੈੱਨ ਸੈੱਟ, ਆਮ ਇੱਕ ਦੇਸੀ ਜਿਹੇ ਪੈੱਨ ਹੋਣੇ ਆ, 10 ਪੈੱਨ ਦਾ ਇੱਕ ਪੈਕਟ ਹੁੰਦਾ ਜਿਵੇਂ ਉਹਨੇ ਫੜਿਆ।
ਉਹ ਉਹਨੇ ਨੌਕ ਕੀਤਾ, ਇਹਨੇ ਸ਼ੀਸ਼ਾ ਖੋਲਿਆ, ਕਹਿੰਦਾ ਨਹੀਂ ਬਾਈ ਮੈਨੂੰ, ਉਹ ਸਟੈਂਡਰਡ ਦਾ ਬੰਦਾ ਸੀ, ਉਹਨੇ ਹੁਣ ਦੇਸੀ ਕੈਨ ਥੋੜ੍ਹਾ ਨਾ ਲੈਣਾ, ਉਹ ਕਹਿੰਦਾ ਨਹੀਂ ਮੈਨੂੰ ਨਹੀਂ ਲੈਣੇ, ਮੈਨੂੰ ਨਹੀਂ ਲੈਣੇ, ਉਹਨੇ ਫਿਰ ਬੜੇ ਇੱਦਾਂ ਦਾ ਚਿਹਰਾ ਬਣਾ ਕੇ ਉਹਨੇ ਗੱਲ ਕੀਤੀ। ਇਹਨੂੰ ਪਤਾ ਨਹੀਂ ਕੀ ਹੋਇਆ, ਸ਼ੀਸ਼ਾ ਖੋਲਿਆ, ਕਹਿੰਦਾ ਯਾਰ ਤੈਨੂੰ ਕਿਹਾ ਨਾ ਮੈਨੂੰ ਨਹੀਂ ਲੋੜ ਪੈਨ ਦੀ, ਅਤੇ ਇਹ ਪੈਨ ਮੈਂ ਨਹੀਂ ਵਰਤਦਾ, ਉਹਨੇ ਇੰਨੀ ਗੱਲ ਕਹਿ ਲਈ। ਉਹ ਅੱਗੋਂ ਛੋਟੇ ਜਿਹੇ ਬੱਚੇ ਨੇ ਕਿਹਾ, ਕਹਿੰਦੇ ਜੀ ਸਾਹਿਬ ਮੈਨੂੰ ਪਤਾ, ਉਹਨੇ ਹਿੰਦੀ 'ਚ ਬੋਲਿਆ, ਮੈਂ ਪੰਜਾਬੀ ਕਨਵਰਟ ਕਰ ਰਿਹਾ, ਕਹਿੰਦਾ ਮੈਨੂੰ ਪਤਾ ਤੁਸੀਂ ਇਹ ਪੈਨ ਨਹੀਂ ਲੈਂਦੇ, ਕਹਿੰਦੇ ਇਹ ਪੈਨ ਮੈਂ ਤਾਂ ਦੇ ਰਿਹਾ ਕਿ ਮੈਂ ਤੁਹਾਡੇ ਕੋਲ ਪੈਸੇ ਲੈ ਕੇ ਮੈਂ ਸਾਰਾ ਦਿਨ ਦਾ ਭੁੱਖਾ ਵਾਂ, ਇੱਕ ਵੀ ਸੈੱਟ ਨਹੀਂ ਵਿਕਿਆ, ਸਾਰਾ ਦਿਨ ਦਾ ਭੁੱਖਾ, ਮੈਂ ਜਾ ਕੇ ਰੋਟੀ ਖਾ ਸਕਾਂਗਾ, ਆਖੋ ਸਤਨਾਮ, ਮੈਂ ਰੋਟੀ ਖਾ ਸਕਾਂਗਾ। ਉਹਨੇ ਕਿਹਾ ਰੋਟੀ ਖਾਤਰ ਹੈ, ਉਹਨੇ ਇੱਦਾਂ ਹੀ ਪਤਾ ਨਹੀਂ 20 ਰੁਪਏ ਦਾ ਪੈਕਟ ਕਿ 10 ਰੁਪਏ ਕਿੰਨਾ ਦਾ ਸੀਗਾ, ਉਹਨੇ ਇੱਦਾਂ ਹੀ ਪੈਸੇ ਦਿੱਤੇ। ਉਹ ਬੱਚੇ ਨੇ ਕਿਹਾ, ਕਹਿੰਦੇ ਨਾ ਮੈਂ ਸੌਦੇ ਬਦਲੇ ਪੈਸੇ ਲੈਣੇ ਅਤੇ ਮੈਂ ਜਾ ਕੇ ਰੋਟੀ ਖਾਣੀ। ਉਹਨੇ ਸਤਸੰਗਤ ਜਿਹੜੇ ਪੈਨ ਦੇ ਪੈਕਟ ਪਕੜੇ ਸਨ, ਇੱਕ ਉਹਨੇ ਕੀ ਕੀਤਾ ਸੀ, ਉਹ ਕਹਿੰਦੇ ਕਿੰਨੇ ਪੈਕਟ ਨੇ, ਕਹਿੰਦੇ ਸੱਤ, ਪਤਾ ਨਹੀਂ ਸੱਤ ਕੀ ਅੱਠ ਸੀ, ਕਹਿੰਦੇ ਸਾਰੇ ਦੇ ਦੇ। ਉਹਨੇ ਚੁੱਕ ਕੇ ਪੈਸੇ ਅਦਾ ਕਰਦੇ, ਧਿਆਨ ਦੇਣਾ, ਉਹ ਬੱਚਾ ਨੱਚਦਾ ਚਲਾ ਗਿਆ। ਦਾਸ ਨੇ ਉਹਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਤੈਨੂੰ ਕਿੱਦਾਂ ਪਤਾ ਕਿ ਇਹ ਹੁਣ ਜਾ ਕੇ ਰੋਟੀ ਖਾਏਗਾ, ਹੋ ਸਕਦਾ ਗਲਤ ਚੀਜ਼ ਇੱਦਾਂ। ਕਹਿੰਦੇ ਜਿਸ ਤਰੀਕੇ ਦੇ ਨਾਲ ਇਹਨੇ ਦੁਹਾਈ ਦਿੱਤੀ ਸੀ, ਜਿਸ ਤਰੀਕੇ ਦੇ ਨਾਲ ਇਹਨੇ ਦੁਹਾਈ, ਕਹਿੰਦੇ ਮੈਂ ਦਾਅਵੇ ਨਾਲ ਕਹਿੰਦਾ ਭਾਵੇਂ ਗੱਡੀ ਮੋੜ ਕੇ ਦੇ ਪਿੱਛੇ ਲੈ ਚੱਲੋ, ਇਹ ਸਭ ਤੋਂ ਪਹਿਲੇ ਜਾ ਕੇ ਕਿਸੇ ਦੁਕਾਨ 'ਚ ਰੋਟੀ ਖਾਏਗਾ, ਕੋ ਸਤਨਾਮ ਰੋਟੀ ਖਾਏਗਾ। ਕਹਿੰਦੇ ਆ ਮੇਰੇ ਕੋਲ ਹੈ ਪੈਸਾ, ਮੇਰੇ ਕੋਲ ਹੈ, ਪਰ ਮੈਨੂੰ ਇਹ ਪੈਨਾਂ ਦੀ ਲੋੜ ਨਹੀਂ, ਉਹਦੇ ਕੋਲ ਪੈਨ ਨੇ ਪਰ ਰੋਟੀ ਜੋਗੇ ਪੈਸੇ ਨਹੀਂ। ਕਹਿੰਦੇ ਜੋ ਕੁਝ ਉਹਦੇ ਕੋਲ ਸੀ ਉਹ ਮੈਂ ਲੈ ਲਿਆ, ਜੋ ਕੁਝ ਮੇਰੇ ਕੋਲ ਸੀ ਉਹ ਮੈਂ ਉਹਨੂੰ ਦੇ ਦਿੱਤਾ, ਕੋ ਸਤਨਾਮ। ਇਹ ਕਹਿੰਦੇ ਇੱਕ ਦਿਆ ਸਤਸੰਗ, ਇੱਕ ਦਿਆ, ਪਰ ਬੜਾ ਇਸ ਚੀਜ਼ ਨੂੰ ਸੋਚ ਕੇ, ਦਾਸ ਇਸ ਚੀਜ਼ 'ਤੇ ਬੜਾ ਸਖਤ ਹੈ ਜੀ, ਲਾਈਟ 'ਤੇ ਜਾਂ ਹੋਰ ਥਾਵਾਂ 'ਤੇ ਬੜਾ ਪਖੰਡ ਜਿਹਾ ਚੱਲਦਾ ਪਿਆ, ਬਹੁਤ ਫਰੋਡ ਚੱਲਦਾ ਪਿਆ। ਆਹ ਪਰਸੋਂ ਚੌਥ ਦੀ ਗੱਲ ਜੇ, ਪਰਸੋਂ ਚੌਥ ਮੇਰਾ ਸਿੰਘ ਜਿਹੜਾ ਗੱਡੀ 'ਚ ਲਾਉਂਦਾ, ਸਿੰਘ ਬਲਜਿੰਦਰ ਸਿੰਘ, ਉਹਨੇ ਮੈਨੂੰ ਗੱਲ ਦੱਸੀ, ਮੈਂ ਹੈਰਾਨ ਹੋ ਗਿਆ ਗੱਲ ਸੁਣ ਕੇ, ਉਹ ਕਮਾਲ ਹੋ ਗਈ। ਕਹਿੰਦੇ ਜੀ ਮੈਂ ਵੀਰ ਜੀ ਜਾਂਦਾ ਪਿਆ ਇੱਧਰ ਆਪਣੇ ਭਾਰਤ ਨਗਰ ਚੌਂਕ ਹੀ ਟੱਪ ਕੇ, ਉਧਰੋਂ ਇੱਕ ਬੰਦਾ ਨਾ ਬਾਈਸਾਈਕਲ ਦੇ ਵਿੱਚ ਆਉਂਦਾ ਪਿਆ, ਜਿਹੜੀ ਉਹ ਹੁੰਦੀ ਹੈ ਨਾ ਅਪਾਈਜ ਦੀ ਬਾਈਸਾਈਕਲ, ਜਿਹੜੀ ਅਪਾਈਜ ਜਿਹਾ ਬੰਦਾ ਵਿਚਾਰਾ, ਉਹਦੇ ਲੱਤ ਨਹੀਂ, ਬੜਾ ਔਖਾ ਜਿਹਾ ਇੱਦਾਂ ਵਿਚਾਰਾ, ਬੜਾ ਔਖਾ ਜਿਹਾ ਆ ਰਿਹਾ ਸੀ। ਅਤੇ ਕਹਿੰਦੇ ਮੇਰਾ ਮਨ ਕੀਤਾ, ਪਤਾ ਨਹੀਂ, ਕਹਿੰਦੇ ਮੈਂ ਰੁਕ ਗਿਆ, ਚੱਲ ਉਹ ਕਹਿੰਦੇ ਮੈਂ ਰੁਕ ਗਿਆ, ਅੱਗੇ ਗਰਲਸ ਕਾਲਜ ਹੈ ਜੀ, ਤੁਹਾਨੂੰ ਧਿਆਨ ਹੋਣਾ। ਅਤੇ ਕਹਿੰਦੇ ਮੈਂ ਕੀ ਵੇਖਦਾ ਪਿਆ, ਮੇਰਾ ਹੋਸ਼ ਕਹਿੰਦਾ ਉੱਡ ਗਏ, ਉਹ ਅਪਾਈਜ ਜਿਹਾ ਬੰਦਾ ਜਿਹੜਾ ਉਹ ਅਪਾਈਜ ਬਣ ਕੇ ਫਿਰਦਾ ਪਿਆ, ਉਹਨੇ ਬਾਈਸਾਈਕਲ ਰੋਕੀ ਆਪਣੀ, ਇੱਧਰ ਉੱਧਰ ਵੇਖਿਆ, ਮੈਨੂੰ ਕੋਈ ਨਹੀਂ ਵੇਖ ਰਿਹਾ, ਹੁਣ ਹਨੇਰਾ ਹੋਏਗਾ, ਸਾਹਮਣੇ ਗੱਡੀ ਖੜੀ, ਉਹਨੂੰ ਨਹੀਂ ਪਤਾ ਲੱਗਾ ਹੋਣਾ। ਕਹਿੰਦਾ ਮੈਨੂੰ ਕੋਈ ਨਹੀਂ ਵੇਖਦਾ, ਉਹਨੇ ਦੇਖਿਆ, ਉੱਠਿਆ, ਇੱਦਾਂ ਪੈਰ ਛੰਡੇ, ਤੁਰਨਾ ਸ਼ੁਰੂ ਹੋ ਗਿਆ ਅਤੇ ਅੰਦਰ ਚਲਾ ਗਿਆ ਜੀ। ਕਮਾਲ ਹੋ ਗਈ, ਉਹ ਲੰਗੜਾ ਜਿਹਾ ਬੰਦਾ ਜਿਹੜਾ ਬਾਈਸਾਈਕਲ ਦੇ ਵਿੱਚ ਇੱਦਾਂ ਭੀਖ ਜਿਹਾ ਮੰਗਦਾ ਪਿਆ, ਦਾਸ ਖੁੱਲ੍ਹ ਕੇ ਇਹ ਗੱਲ ਕਹਿੰਦਾ। ਇੱਕ ਸਮੇਂ ਸਤਸੰਗਤ, ਪਿਛਲੇ ਸਮੇਂ ਦੀ ਦਾਸ ਨੇ ਇਹ ਗੱਲ ਬੋਲੀ ਸੀ ਕਿ ਬਾਬਾ ਆਨੰਦ ਸਿੰਘ ਜੀ ਨੂੰ ਇਹ ਸਵਾਲ ਹੋਇਆ ਸੀ ਜੀ, ਗਰੀਬ ਕੌਣ, ਆ ਜਿਹੜੇ ਰਸਤਿਆਂ ਦੇ ਵਿੱਚ ਲਾਈਟਾਂ 'ਚ ਜਿਹੜੇ ਮੰਗਦੇ ਨੇ ਗਰੀਬ ਹੀ ਨੇ, ਤੇ ਆਪਾਂ ਸਾਹਿਬ ਨੇ ਕਿਹਾ ਗਰੀਬ ਦਾ ਮੂੰਹ ਗੁਰੂ ਦੀ ਦੌਲਤ, ਇਹਨਾਂ ਨੂੰ ਦੇਣ ਵਾਸਤੇ ਗੁਰੂ ਨੇ ਕਿਹਾ। ਬਾਬਾ ਆਨੰਦ ਸਿੰਘ ਕਹਿਣ ਲੱਗੇ ਨਾ, ਕਹਿੰਦੇ ਤੈਨੂੰ ਕਿਹਨੇ ਕਿਹਾ ਗਰੀਬ, ਇਹ ਨਿਖਸਮੇ, ਇਹ ਗਰੀਬ ਨਹੀਂ। ਤੇ ਉਸ ਬੰਦੇ ਨੇ ਸਵਾਲ ਕੀਤਾ ਬਾਬਾ ਆਨੰਦ ਸਿੰਘ, ਕਹਿੰਦੇ ਮਹਾਰਾਜ ਉਹ ਤਾਂ ਗਰੀਬ ਨੇ, ਨਿਖਸਮੇ ਕਿੱਦਾਂ? ਕਹਿੰਦੇ ਨਿਖਸਮੇ ਨੇ ਖਸਮ ਵਾਲੇ ਹੁੰਦੇ ਤੇ ਕਦੇ ਭੀਖ ਨਾ ਮੰਗਦੇ, ਆਖੋ ਸਤਨਾਮ। ਖਸਮ ਵਾਲੇ ਹੁੰਦੇ ਨਾ ਭੀਖ ਨਾ ਮੰਗਦੇ, ਗੁਰਪੀਰ ਸਧਾਵੇ ਮੰਗਣ ਜਾਵੇ, ਸਾਹਿਬ ਕਹਿੰਦੇ ਤੂੰ ਗੁਰੂ ਪੀਰ ਵਾਲਾ ਹੋਵੇ ਡਰ ਡਰ ਤੇ ਮੰਗਦਾ ਫਿਰ। ਕਹਿੰਦੇ ਫਿਰ ਇਗਜ਼ਾਮਪਲ ਦੇ ਕੇ ਬਾਬਾ ਆਨੰਦ ਸਿੰਘ ਨੇ ਸਮਝਾਇਆ ਸੀ, ਪਿਛਲੇ ਦਿਨਾਂ 'ਚ ਦਾਸ ਨੇ ਇਹ ਅਰਜ਼ ਕੀਤੀ ਤੁਹਾਡੇ ਚਰਨਾਂ 'ਚ ਕਿ ਇੱਕ ਬਲਦ ਉਹ ਖਸਮ ਵਾਲਾ ਮਾਲਕ ਵਾਲਾ, ਧਿਆਨ ਨਾਲ ਸੁਣਿਓ, ਮਾਲਕ ਵਾਲਾ, ਉਹ ਖੁੰਟੇ ਦੇ ਨਾਲ ਬੰਨਿਆ ਹੋਇਆ, ਮਾਲਕ
पांच सात दिन वास्ते चला गया बार खुंटे नाल बंदिया होया हुण उन्नू खुराक चाहीदी है खुराक देण वाला कोई भी नहीं गुआंढी आंदा है उन्नू रोज खुराक पा के जांदा है ध्यान देना हुण तीन चार दिन वास्ते उहदा मालक बाहर गया सी उहदा खसम बाहर गया सी मालक ते गुआंढी आके तीन चार दिन लई उन्नू घा पा गया समझियो गल ते जदों ओ मालक वापस आया गुआंढी ने कहा कहिंदे जी तुहाडा बलद बहुत ज्यादा भुखा सी ते मैं फिर इहनू मैं चारा पा दिता चारा पाता ते इह सौखा हो गया ध्यान देना हुण मालक कहिंदा जी कहिंदे मैनूं तां ध्यान ही नहीं रहा इहदे बारे मैं तां भुल ही गया सी बाबा नानक सिंह जी कहिण लगे कहिंदे बलद की खुशी उहदे ते घट होएगी उहदे मालक की खुशी ज्यादा होएगी आखो सतनाम कि मेरे पशु नूं ध्यान देना मेरे पशु नूं तू मेरे पशु नूं चारा दिता ध्यान दिता उहदा ध्यान दे के उहनूं चारा दिता कहिंदे उस मालक की खुशी गुआंढी ते ज्यादा होएगी ध्यान देना जिहड़ा गुरु गोबिंद सिंह महाराज का सिख है जिहड़ा गुरु नानक नाम लेवा सिख है हुण उह गरीबी च है अत दी गरीबी चिट कपड़ी आ कदे हाथ नहीं अड़दा जी कदे हाथ नहीं अड़दा लोगों के अगे कदे हाथ वह बेचारा घुट घुट के मरदा रहेगा जे चिट कपड़ीए की गल कर रहे हैं नंगे बंदे की गल नहीं चिट कपड़ीए चिट कपड़ीए होंगे ने जेडे वक्त की मार झल रहे होंगे ने करमा की मार झल रहे होंगे ने हूँ वह शर्म खातर हाथ भी नहीं अड़ सकते हाथ भी नहीं अड़ सकते तो समा टपराया टपदा नहीं पा बड़ा औखा हो रहा उन्होंने समा है खसम वाले ने हुण ध्यान देना जी तुसी उहदे जाके मदद की उन्हूं जाके रजाया उहदी खुशी बाद विच बाजां वाले दे खुशी ज्यादा मिलेगी तुहानूं क्यों उहदे खसम ने तुहानूं ज्यादा प्यार करना कि मेरे सिख दी जाके इहने बांह पकड़ी आखो सतनाम मेरे सिख दी बांह पकड़ी जिवें बलद दे मालक नूं ज्यादा खुशी होई कि मेरे बलद दा ध्यान रख्या इहने बाजां वाले नूं ज्यादा खुशी होएगी मेरे सिख दा जाके इहने ध्यान रख्या सत्संगत इसलिए ये देख लिया करो जे वाकई अगर सही है ना वाकई कोई सही मैं कई बार अर्ज करदा रोटी खवा दिया करो कोई रोटी की दवाई देवे ना भावें आप उतर के रोटी खवानी पवे खवा दो कोई चीज देनी दे दो खवा दो कोशिश करो पैसे का कारण जे उस पैसे का उन्हें कोई नशा कर लिया कोई गलत चीज खा ली लेखा तुहाडा बन जाएगा आखो सतनाम बंदा कहिंदा जी मैं तां देता सी मैं तां देता सी मैनू की पता उन्हें की कीता मेरा की कसूर है ना तू दिता तो उन्हें नशा किया तू दिता तो उन्हें माड़े काम किए नहीं देता कितों करता ऐदा ऐदा करके भुख लगी भुख लगी आ तेनू रोटी खवा दिना 90% बंदे भज जाएंगे वो कहेंगे तू पैसे दे दे मैं आपे खा लूंगा पैसे दे दे आपे खा ऐदा गल होंदी है सही बंदे 10% होणगे वो 10% कोशिश करिया करो किधरे रह ना जाए आखो सतनाम किधरे रह ना जाए ये दसवंध सफले करन दे तरीके होंदे ने सत्संग बाबा सुजान सिंह जी कहन लगे पुत्र जी जदों पहली वारी इहनू 500 रुपया दिता सी सीस चुका के गुरु नानक साहब दे चरणा च बाबा नानक सिंह जी दे चरणा च मैं शुकराने कीते कि हे गुरु नानक साहब महाराज सच्चे पातशाह शुक्र है शुक्र है शुक्र है इहनू पैसे मेरे कोलो दवा के उस वेले दी सेवा च मेरा भी हिस्सा पै गया को सतनाम आ साहिब कहिंदे ने आओ सारे जपियो जिस की बस्त तैसे आ गहरा है जिसकी बस्त तैसे आ गहरा है प्रभ की आज्ञा माने मात है जी प्रभ की आज्ञा प्रभ की आज्ञा माने मात है प्रभ की आज्ञा
ਕਿਸਦੀ ਬਸਤ ਤਿਸ ਆਕੇ ਦਸਵੰਦ ਗੁਰੂ ਨਾ ਦੇਵਈ ਦਸਵੰਦ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ ਝੂਠ ਬੋਲ ਜੋ ਖਾਏ ਸਿੱਧੇ ਸਪਸ਼ਟ ਲਫ਼ਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਸਵੰਦ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ ਦਸਵੰਧ ਕਿਉਂ ਨਹੀਂ ਕੱਢਦਾ ਬਈ ਤੂੰ ਪੁੱਛਦੇ ਕਈ ਕਿੱਥੇ ਜੀ ਕਮਾਈਆਂ ਕਿੱਥੇ ਨੇ ਜੀ ਆ ਜੀ ਚੰਗੀ ਭਲੀ ਕਮਾਈ ਆ ਰੋਣ ਦੀ ਆਦਤਾਂ ਨਹੀਂ ਜਾਂਦੀਆਂ ਕੋ ਸਤਨਾਮ ਜੇ ਸਾਹਿਬ ਆਪਣੀ ਆਈ ਤੇ ਆ ਗਏ ਨਾ ਫਿਰ ਸਹੀ ਤੈਨੂੰ ਰੋਣ ਲਾ ਦੇਣਗੇ ਸਹੀ ਰੋਣ ਲਾ ਦੇਣਗੇ ਤੈਨੂੰ ਕਿ ਰੋਣ ਦੀ ਆਦਤ ਪਈ ਆ ਜਾਂ ਹੁਣ ਰੋਂਦਾ ਹੀ ਰਹਿ ਨਾ ਰੋਂਦਾ ਹੀ ਸ਼ੁਕਰਾਨਾ ਸਿੱਖੀਏ ਸ਼ੁਕਰਾਨਾ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਇਹ ਦਸਵੰਦ ਤੇਰਾ ਨਹੀਂ ਜਿਹਦਾ ਹੈ ਉਹਦੇ ਅੱਗੇ ਰੱਖ ਉਹਨੂੰ ਦੇ ਜਿੱਥੇ ਉਹਦੀ ਖੁਸ਼ੀ ਬਣਦੀ ਹੈ ਉੱਥੇ ਲਾ ਉਸ ਪਰਮਾਤਮਾ ਵੱਲੋਂ ਘੜੇ ਇਨਸਾਨਾਂ ਦੇ ਖੁਸ਼ੀ ਲੈਣ ਖਾਤਰ ਸੁੱਖ ਦੇਣ ਖਾਤਰ ਗੁਰੂ ਦੀ ਮਾਇਆ ਉੱਥੇ ਲਾ ਭਲਾ ਕਰ ਨੇਕੀ ਕਰ ਭਲਾ ਖੱਟ ਨੇਕੀ ਖੱਟ ਸ਼ੁਭ ਕਰਮ ਕਮਾਓ ਇਸ ਜਿਹੜਾ ਸ਼ੁਭ ਕਰਮ ਤੇ ਖੁੱਲਾ ਪੱਤਰ ਸਾਹਿਬ ਨੇ ਦਿੱਤਾ ਖੁੱਲਾ ਫੈਸਲਾ ਦਸਵੰਦ ਗੁਰੂ ਨਾ ਦੇਵੀ ਝੂਠ ਬੋਲ ਜੋ ਖਾਏ ਫਿਰ ਕੀ ਕਹਿੰਦੇ ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਬਸਾਏ ਕਹਿ ਗੋਬਿੰਦ ਸਿੰਘ ਲਾਲ ਜੀ ਕਹਿੰਦੇ ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕੱਛ ਨਾ ਵਸਾ ਉਹਦਾ ਕੀ ਭਰੋਸਾ ਕੀ ਵਿਸ਼ਵਾਸ ਉਹਦਾ ਉਹ ਵਿਸ਼ਵਾਸ ਖਾਤਰ ਹੈ ਹੀ ਨਹੀਂ ਜਿਹਨੂੰ ਗੁਰੂ ਨੇ ਰਿਜੈਕਟ ਕਰ ਦਿੱਤਾ ਹੋਵੇ ਮੈਂ ਸੱਚ ਕਹਿੰਦਾ ਜੇ ਤਕਦੀਰ ਉਹਨੂੰ ਰਿਜੈਕਟ ਕਰ ਦਿੰਦੀ ਜਿਹਨੂੰ ਗੁਰੂ ਨੇ ਰਿਜੈਕਟ ਕਰ ਦਿੱਤਾ ਨਾ ਸ਼ੁਭ ਕਰਮ ਉਹਦੇ ਤੋਂ ਰਿਜੈਕਟ ਹੋ ਜਾ ਪਿਛਲੇ ਦਿਨਾਂ 'ਚ ਦਾਸ ਨੇ ਇਹ ਗੱਲ ਸਾਂਝੀ ਕੀਤੀ ਸੀ ਗੁਰੂ ਵੱਲ ਹੋਣ ਇੱਕ ਗੁਰੂ ਦੀ ਖੁਸ਼ੀ ਹੋਵੇ ਇੱਕ ਗੁਰੂ ਦੀ ਖੁਸ਼ੀ ਆ ਗਈ ਉਹ ਨੌ ਨਿਧੀਆਂ ਮਗਰੇ ਮਗਰੇ ਨੇ 18 ਸਿੱਧੀਆਂ ਮਗਰੇ ਮਗਰੇ ਨੇ ਖੁਸ਼ੀਆਂ ਮਗਰੇ ਮਗਰੇ ਨੇ ਕਾਇਨਾਤ ਦੀਆਂ ਹਰ ਸ਼ਕਤੀਆਂ ਤੇਰੇ ਨਾਲ ਹੋ ਚੱਲਣਗੀਆਂ ਜੇ ਤੇਰੇ ਗੁਰੂ ਦੀ ਖੁਸ਼ੀ ਤੇਰੇ 'ਤੇ ਆ ਗਈ ਆਪਾਂ ਸਤਨਾਮ ਜੇ ਤੇਰੇ ਗੁਰੂ ਨੇ ਤੈਨੂੰ ਰਿਜੈਕਟ ਕਰ ਦਿੱਤਾ ਫਿਰ ਤਾਂ ਮਾਰਾ ਹੀ ਨੇ ਫਿਰ ਤਾਂ ਮਾਰਾ ਹੀ ਨੇ ਮੈਂ ਸੱਚ ਕਹਿੰਦਾ ਸੰਗਤ ਜੀ ਅੱਜ ਗੁਰੂ ਦੀ ਸੋਚ ਤੇ ਪੈਰਾ ਦੇ ਦਈਏ ਵੇਖੋ ਤਾਂ ਸਹੀ ਫਿਰ ਕੈਸੀਆਂ ਦਾਤਾਂ ਝੋਲੀ 'ਚ ਪੈਂਦੀਆਂ ਜੀ ਦਸਵੰਦ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ ਕਹਿ ਗੋਬਿੰਦ ਸਿੰਘ ਲਾਲ ਜੀ ਕਿਸ ਕਾ ਕਛ ਨਾ ਬਸਾਏ ਹਾਂਜੀ ਕਹਿ ਗੋਬਿੰਦ ਸਿੰਘ ਲਾਲ ਜੀ ਕਿਸ ਕਾ ਕਛ ਨਾ ਬਸਾਏ ਆਪ ਸਿੰਘ ਜੋ ਰਾਜਾ ਹੋਈ ਆਪ ਸਿੰਘ ਜੋ ਰਾਜਾ ਹੋਈ ਨਿਰਧਨ ਸਿੰਘਨ ਪਾਲੈ ਸੋਈ ਨਿਰਧਨ ਸਿੰਘਨ ਪਾਲੈ ਸੋਈ
ਕਿੱਡਾ ਤਗੜਾ ਕਨਸੈਪਟ, ਕਿੱਡੀ ਜ਼ਬਰਦਸਤ ਫਿਲਾਸਫੀ ਸਾਹਿਬ ਦੀ। ਆਪ ਸਿੰਘ ਜੋ ਰਾਜਾ ਹੋਈ, ਜੇ ਨਿਰੰਕਾਰ ਨੇ ਤੈਨੂੰ ਰਜਿਆ ਦਿੱਤਾ ਹੈ ਨਾ, ਰਜਿਆ ਰਾਜਾ ਹੈ ਨਾ, ਨਿਰਧਨ ਸਿੰਘਨ ਪਾਲੈ ਸਵਾਲ ਆ ਜਾ, ਨਿਰਧਨ ਸਿੰਘਨ ਪਾਲੈ। ਤੁਸੀਂ ਕਿਸੇ ਇੱਕ ਦਾ ਭਲਾ ਕਰੋ, ਇੱਕ ਦਾ ਭਲਾ। ਮੈਨੂੰ ਇੱਕ ਵਟਸਐਪ ਦੇ ਵਿੱਚ ਨਾ ਵੀਡੀਓ ਆਈ ਸੀ, ਮੈਨੂੰ ਬੜੀ ਚੰਗੀ ਲੱਗੀ ਸੀ, ਬੜੀ ਚੰਗੀ। ਉਹਦੇ 'ਚ ਦਿਖਾਇਆ ਗਿਆ ਸੀ ਕਿ ਦਸਵੰਧ ਦੇ ਵਿੱਚੋਂ ਇੱਕ ਸਿੰਘਾਂ ਦੀ ਟੀਮ ਸੀ, ਉਹ ਭਲਾ ਕਰਦੀ ਸੀ ਲੋਕਾਂ ਦਾ, ਕਿਸੇ ਬੱਚੇ ਦੀ ਫੀਸ ਭਰਤੀ, ਕਿਸੇ ਦਾ ਕਾਰਜ ਸਿੱਧ ਕਰਦਾ, ਏਦਾਂ। ਤੇ ਜਦੋਂ ਉਹਨੇ ਧੰਨਵਾਦ ਕਰਨਾ, ਤੇ ਅੱਗੋਂ ਇਸ ਟੀਮ ਦੇ ਮੈਂਬਰ ਨੇ ਕਹਿਣਾ, ਕਹਿੰਦੇ ਸਾਡਾ ਧੰਨਵਾਦ ਨਾ ਕਰ, ਵਕਤ ਤੈਨੂੰ ਵੀ ਕਦੇ ਮੌਕਾ ਦੇਗਾ, ਉਹ ਮੌਕਾ ਨਾ ਛੱਡੀ। ਆਖੋ ਸਤਨਾਮ। ਵਕਤ ਤੈਨੂੰ ਵੀ ਕਦੇ ਮੌਕਾ ਦੇਗਾ, ਅੱਜ ਤੇਰੇ ਕੋਲ ਨਹੀਂ ਹੈ, ਕਿਸੇ ਨੇ ਤੇਰੀ ਬਾਂਹ ਪਕੜੀ, ਵਕਤ ਨੇ ਉਹਨੂੰ ਮੌਕਾ ਦਿੱਤਾ, ਉਹਨੇ ਮੌਕਾ ਨਹੀਂ ਛੱਡਿਆ। ਕਹਿੰਦੇ ਪਿਆਰਿਆ, ਇੱਕ ਦਿਨ ਵਕਤ ਤੈਨੂੰ ਮੌਕਾ ਦੇਗਾ, ਬਸ ਆਹ ਦੇਖ ਲਈ ਕਿ ਤੂੰ ਮੌਕਾ ਨਾ ਛੱਡੀ। ਆਪ ਸਤਨਾਮ। ਨਿਰਧਨ ਸਿੰਘਨ ਪਾਲੈ ਸੋਈ, ਸੱਚਾਈ ਸਤਸੰਗ। ਵਕਤ ਸਾਨੂੰ ਬੜੇ ਬੜੇ ਮੌਕੇ ਦਿੰਦਾ, ਮੂੰਹ ਚੁਰਾ ਕੇ ਭੱਜ ਜਾਂਦੇ, ਪਿੱਛੇ ਹਟ ਜਾਂਦੇ। ਤਾਂ ਹੀ ਤਾਂ ਸਾਹਿਬ ਕਹਿੰਦੇ, ਦੇ ਸ਼ਿਵਾ ਪਰ ਮੋਹੇ ਹੈ, ਸ਼ੁਭ ਕਰ ਮਨ ਤੇ ਕਬ ਹੂ ਨਾ ਕਰੋ ਕਰੋ। ਹੇ ਮੇਰੇ ਪਰਮਾਤਮਾ, ਹੇ ਮੇਰੇ ਪਰਮੇਸ਼ਰ, ਮੇਰੇ ਰੱਬ, ਮੈਨੂੰ ਇਹ ਵਰ ਦੇ, ਹਿੰਮਤ ਦੇ, ਤਾਕਤ ਦੇ, ਇਹ ਤੌਫੀਕ ਦੇ ਮੈਨੂੰ ਮੇਰੇ ਰੱਬਾ, ਕਿ ਸ਼ੁਭ ਕੰਮ ਮੇਰੇ ਸਾਹਮਣੇ ਹੋਵੇ, ਮੈਂ ਪੈਰ ਪਿੱਛੇ ਨਾ ਕਰਾਂ, ਝੱਟ ਭੱਜ ਕੇ ਉਹ ਸ਼ੁਭ ਕੰਮ ਨੂੰ ਹੱਥ ਪਾ ਲਵਾਂ। ਆਖੋ ਸਤਨਾਮ। ਵਕਤ ਇਹ ਜ਼ਿੰਦਗੀ ਤੁਹਾਨੂੰ ਬੜੇ ਮੌਕੇ ਦੇ, ਬੜੇ ਮੌਕੇ, ਬਸ ਖੁੰਜਾਇਓ ਨਾ, ਖੁੰਜਾਇਓ ਨਾ, ਜਿੱਥੇ ਭਲਾ ਹੁੰਦਾ ਕਰੀ ਕਰੀ। ਸੰਗਤ ਜੀ, ਗੁਰੂ ਦੀ ਖੁਸ਼ੀ ਲਓ ਬਸ, ਔਰ ਗੁਰੂ ਦੀ ਖੁਸ਼ੀ ਤਾਂ ਲਈ ਜਾ ਸਕਦੀ ਹੈ ਜੇ ਗੁਰੂ ਦੇ ਦਸਵੰਧ ਵਿੱਚੋਂ ਕਿਸੇ ਦਾ ਭਲਾ ਕਰਕੇ ਉਹਦੀ ਖੁਸ਼ੀ ਲਓਗੇ। ਆਖੋ ਸਤਨਾਮ। ਉਹਦੀ ਖੁਸ਼ੀ ਲਓਗੇ। ਅੱਜ ਗੁਰੂ ਨਾਨਕ ਨੇ ਮਿਹਰ ਕੀਤੀ, ਦੂਜਾ ਸ਼ੁਭ ਗੁਣ, ਇਹ ਪ੍ਰਕਰਨ ਸ਼ੁਰੂ ਹੋ ਰਿਹਾ, ਸੱਜੇ ਪਾਤਸ਼ਾਹ ਸ਼ੁਰੂ ਕਰਵਾਇਆ, ਸ਼ੁਭ ਕਰਮਨ ਤੇ ਕਬ ਹੂ ਨਾ ਕਰੋ, ਪਿੱਛੇ ਨਾ ਹਟਾਂ ਮੈਂ। ਪਿਛਲੇ ਹਫ਼ਤੇ ਪਹਿਲਾ ਸ਼ੁਭ ਕਰਮ ਸੀ, ਅੱਜ ਦੂਸਰੇ ਸ਼ੁਭ ਕਰਮ ਦੀ ਵਿਚਾਰ ਹੋਈ ਦਸਵੰਧ ਦੀ, ਕਿ ਇਹ ਐਡਾ ਸ਼ੁਭ ਕਰਮ ਹੈ, ਐਡਾ ਸ਼ੁਭ ਕਰਮ ਹੈ। ਓਏ, ਜੇ ਇਹ ਸ਼ੁਭ ਕਰਮ ਤੂੰ ਕਰਨੇ ਸ਼ੁਰੂ ਕਰ ਦਿੱਤੇ, ਤੇਰੀ ਝੋਲੀ ਮਾਲੋ ਮਾਲ, ਤੂੰ ਮਾਲੋ ਮਾਲ ਹੋ ਜਾਏਗਾ, ਤੇਰੀ ਝੋਲੀ ਭਰਨੀ ਸ਼ੁਰੂ ਹੋ ਜਾਏਗੀ ਦੁਨਿਆਵੀ ਦਾਤਾਂ ਦੇ ਨਾਲ, ਦਰਗਾਹੀ ਦਾਤਾਂ ਦੇ ਨਾਲ। ਆਖੋ ਸਤਨਾਮ। ਮਾਲੋ ਮਾਲ ਹੋ ਜਾਏਗਾ, ਮਾਲੋ ਮਾਲ, ਲੋਕ ਸੁਖੀ ਹੋ ਜਾਣਗੇ, ਪਰ ਲੋਕ ਸੁਹੇਲੇ ਹੋ ਜਾਣਗੇ। ਸਾਹਿਬ ਕਹਿੰਦੇ ਨੇ, ਬਸ ਜਿਹੜਾ ਮੇਰਾ ਹਿੱਸਾ ਹੈ ਨਾ, ਇਹ ਖਾਈ ਨਾ। ਅੱਜ ਬੰਦਾ ਪੁੱਛੇ ਨਾ, ਦਸਵੰਧ ਕੱਢਦੇ ਹੋ? ਹਾਂਜੀ ਹਾਂਜੀ ਕੱਢਦੇ ਹਾਂ ਜੀ। ਕੀ ਕੱਢਦੇ ਹੋ ਜੀ? ਆਹ 100 ਰੁਪਇਆ ਇੱਧਰ ਦੇ ਦੇਈਦਾ, 400 ਰੁਪਇਆ ਉੱਧਰ, 200 ਰੁਪਇਆ ਉੱਧਰ ਬੰਨਿਆ ਹੋਇਆ, 500 ਰੁਪਇਆ ਉੱਧਰ ਬੰਨਿਆ। ਤੁਹਾਨੂੰ ਪੁੱਛੀਦਾ ਪੂਰਾ ਮਿਲਾ ਕੇ ਮਹੀਨਾ ਕਿੰਨਾ ਹੋ ਗਿਆ? 800-900 ਹੋ ਗਿਆ। ਕਿ 8000 ਹੀ ਕਮਾਉਣਾ ਹੈ? 8000 ਹੀ ਕਮਾਉਣਾ ਹੈ? ਅੱਜ ਜਿੰਨਾ ਬੰਦਾ ਕਮਾਉਂਦਾ, ਪੂਰਾ ਇਮਾਨਦਾਰੀ ਨਾਲ ਕੱਢੋ, ਇਮਾਨਦਾਰੀ ਨਾਲ, ਪਰ ਸੱਚਾਈ ਜੇ ਸੱਸ। ਮੈਂ ਕਈ ਵਾਰੀ ਵੇਖਦਾ, ਕਈ ਵਾਰੀ ਅਸੀਂ ਬਾਹਰ ਅੰਦਰ ਜਾਂਦੇ, ਬੜੇ ਇੱਦਾਂ ਦੇ ਪਿਆਰੇ ਮੈਨੂੰ ਗਿਆਨ ਦਿੰਦੇ, ਆ ਗੁਰਦੁਆਰਾ, ਗੁਰਦੁਆਰੇ ਆ ਜਾਓ। ਕਈ ਗੁਰਦੁਆਰਿਆਂ 'ਚ ਦਾਸ ਨੇ ਦੇਖਿਆ ਸਤਸੰਗ, ਇਸ ਗੱਲ ਦਾ ਕੋਈ ਬੁਰਾ ਨਾ ਮਨਾਇਓ, ਹਕੀਕਤ। ਮੈਂ ਕਹਿੰਦਾ ਇੰਨੀ ਘੱਟ ਤਨਖਾਹ, ਇੰਨੀ ਘੱਟ ਤਨਖਾਹ, ਉਹ ਬੰਦਾ ਕੀ ਪਰਿਵਾਰ ਪਾਲੇਗਾ ਆਪਣਾ? ਜੀ ਦਾਸ ਆਪਣਾ ਜਲੰਧਰ ਗਿਆ ਸੀ, ਉੱਥੇ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਇੱਥੇ
ਅਸੀਂ ਉਹ ਅੱਧ ਦਾ ਸਿਸਟਮ ਨਹੀਂ ਰੱਖਿਆ। ਜਿੰਨਾ ਕੁਝ ਆਉਂਦਾ ਸਭ ਕੁਝ ਇਹਨਾਂ ਦਾ। ਕਈ ਥਾਵਾਂ ਤੇ ਸਿਸਟਮ ਹੁੰਦਾ ਕੀਰਤਨੀਆਂ ਕੀਰਤਨ ਕਰਦਾ, ਕਥਾਵਾਚਕ ਕਥਾ ਕਰਦਾ, ਹਾਂਜੀ, ਤੇ ਉਹ ਕੀ ਹੁੰਦਾ ਜਦੋਂ ਜਿੰਨੇ ਪੈਸੇ ਸੰਗਤ ਦਿੰਦੀ। ਹੁਣ ਸੰਗਤ ਤਾਂ ਮਾਇਆ ਦੇ ਰਹੀ ਹੈ ਜੀ ਉਹਦੀ ਕਥਾ ਸੁਣ ਕੇ, ਸੰਗਤ ਤਾਂ ਮਾਇਆ ਦੇ ਰਹੀ ਹੈ ਜੀ ਉਹਦਾ ਕੀਰਤਨ ਸੁਣ ਕੇ, ਪ੍ਰਸੰਨ ਹੋ ਕੇ। ਐਡਾ ਮਨ ਪ੍ਰਸੰਨ ਹੋਇਆ, ਖੀਸੇ 'ਚ ਹੱਥ ਗਿਆ, ਉਹਨੇ ਨੋਟ ਕੱਢੇ 10 ਦਾ, 50 ਦਾ, 100 ਦਾ, ਕਹਿੰਦਾ 100 ਦਾ ਇਹ ਯਾਰ ਆਨੰਦ ਆ ਗਿਆ, ਅੱਜ ਆਨੰਦ ਆ ਗਿਆ 100 ਦੇ। ਉਹ 100 ਦਾ ਰੱਖ ਦਿੰਦਾ ਉਹਦੇ। ਉੱਧਰ ਮੁਨਸ਼ੀ ਜੀ ਸਾਹਮਣੇ ਬੈਠੇ ਹੁੰਦੇ, ਅੱਖ ਡਾਹ ਕੇ ਸਾਰੀ ਮਾਇਆ ਚੁੱਕ ਕੇ ਲੈ ਜਾਂਦੇ, ਅੱਧੇ ਇੱਧਰ ਅੱਧੇ ਇੱਧਰ। ਆਖੋ ਸਤਨਾਮ, ਉਹ ਮਾਇਆ ਤੈਨੂੰ ਤਾਂ ਨਹੀਂ ਦਿੱਤੀ ਨਾ, ਮਾਇਆ ਤਾਂ ਕੀਰਤਨ ਹੀ ਨਾ ਦਿੱਤੀ, ਤੈਨੂੰ ਕੋਈ ਹੱਕ ਬਣਦਾ, ਤੁਹਾਡਾ ਕੀ ਹੱਕ ਹੈ ਜੀ ਇਹਦੇ 'ਚ ਨਾ। ਮੈਨੂੰ ਉਹਨਾਂ ਨੇ ਇਹ ਗੱਲ ਦੱਸੀ, ਇੱਕ ਗੁਰਦੁਆਰੇ ਦੀ ਮੈਂ ਜ਼ਿਕਰ ਕਰ ਰਿਹਾ, ਬਾਹਰ ਮੈਨੂੰ ਕੋਈ ਪੁੱਛ ਲਿਓ ਕਿਹੜਾ ਗੁਰਦੁਆਰਾ ਹੈ ਜੀ। ਉਹ ਕਹਿੰਦੇ ਜੀ ਜਿੰਨਾ ਇਹਨਾਂ ਨੂੰ ਆਉਂਦਾ, ਜਿੰਨਾ ਸੰਗਤ ਦਿੰਦੀ ਹੈ, ਕਈ ਥਾਵਾਂ 'ਤੇ ਕਹਿੰਦੇ ਜੀ ਉਹ ਤੁਹਾਨੂੰ ਨਹੀਂ ਪਤਾ ਭਾਈ ਸਾਹਿਬ, ਉੱਪਰੋਂ ਬਹੁਤ ਇਹਨਾਂ ਨੂੰ ਮਿਲ ਜਾਂਦਾ, ਇਹ ਘਰ ਜਾਂਦੇ ਅਰਦਾਸ ਕਰਦੇ ਇਹਨਾਂ ਨੂੰ ਬੜਾ ਮਿਲ ਜਾਂਦਾ। ਓਏ ਹੱਦ ਹੋ ਗਈ, ਹੱਦ ਹੋ ਗਈ। ਇਹਨਾਂ ਦੇ 50-100 ਰੁਪਏ ਦੇ ਉੱਪਰ 200-500 ਰੁਪਏ ਦੇ ਤੇਰੀ ਅੱਖ ਕਮਾਲ ਹੋ ਗਈ, ਉਹ 500-700 ਰੁਪਏ ਦੀ ਅੱਖ ਰੱਖਦੇ। ਮੈਨੂੰ ਦੱਸੋ ਜੀ, ਬਹੁਤ ਵਿਰਲੇ ਜਿਹੜੇ ਗੁਰਦੁਆਰੇ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ, ਹਾਂਜੀ, ਬਹੁਤ ਜਿਹੜੇ ਸੇਵਾ ਕਰਦੇ ਆ, ਸੇਵਾਦਾਰ ਆ, ਜਿਹੜੇ ਵੀ, ਬਹੁਤ ਘੱਟ ਹੋਣਗੇ ਜਿਨ੍ਹਾਂ ਦੇ ਬੱਚੇ ਇੰਗਲਿਸ਼ ਮੀਡੀਅਮ ਦੇ ਵਿੱਚ ਸਹੀ ਸਕੂਲਾਂ 'ਚ ਪੜ੍ਹਦੇ ਹੋਣਗੇ। ਆਖੋ ਸਤਨਾਮ, ਬਹੁਤ ਘੱਟ, ਬਹੁਤ ਘੱਟ। ਆਪਣੀਆਂ ਜ਼ਰੂਰਤਾਂ ਤਾਂ ਪੂਰੀਆਂ ਨਹੀਂ ਹੋ ਰਹੀਆਂ, ਅਤੇ ਸਾਧ ਸੰਗਤ ਲਗਜ਼ਰੀ ਗੁੱਡਸ ਕਿੱਥੋਂ ਲਿਆਉਣਗੇ, ਲਗਜ਼ਰੀ ਫੈਸਿਲਿਟੀਜ਼ ਕਿੱਥੋਂ ਲੈਣਗੇ। ਮੁੱਠੀ ਬੰਦ ਕਰ ਦਿਆ ਕਰੋ ਸੇਵਾ, ਆਖੋ ਸਤਨਾਮ, ਮੁੱਠੀ ਬੰਦ ਕਰ ਦਿਆ ਕਰੋ ਸੇਵਾ। ਆਪ ਸਿੰਘ ਜੋ ਰਾਜਾ ਹੋਈ, ਨਿਰਧਨ ਸਿੰਘਨ ਪਾਲੈ ਸੋਈ। ਇੱਕ ਜੀਵਨ ਵਾਲਾ ਹੈ, ਇੱਕ ਬੰਦਗੀ ਵਾਲਾ ਹੈ, ਇੱਕ ਭਗਤੀ ਵਾਲਾ ਹੈ, ਤੁਹਾਨੂੰ ਪਤਾ ਹੈ। ਚੁੱਪ ਚਾਪ ਗਏ, ਮੁੱਠੀ ਬੰਦ ਲਓ ਜੀ, ਖਿਸਕ ਗਏ। ਉਹ ਦੇਖਦਾ ਹੀ ਰਹਿ ਜਾਵੇ ਹੱਥ ਦੇ ਵਿੱਚ, 2000 ਦੇ ਗਿਆ, 500 ਦੇ ਗਿਆ, 1000 ਦੇ ਗਿਆ, ਉਹ ਸੋਚਦਾ ਹੀ ਰਹਿ ਜਾਵੇ, ਤੂੰ ਦੇ ਕੇ ਨਿਕਲ ਜਾ, ਜਿਤਾਈ ਨਾ, ਨੇਕੀ ਕਰ ਖੂਹ 'ਚ ਪਾ, ਤੁਰ ਜਾ। ਉਹ ਖੂਹ 'ਚ ਨਹੀਂ ਪਾ ਕੇ ਗਿਆ, ਉਹ ਬੀਜ ਕੇ ਗਿਆ। ਤੂੰ ਆਖੋ ਸਤਨਾਮ, ਉਹ ਬੀਜਿਆ ਪ੍ਰਫੁੱਲਤ ਹੋਏਗਾ। ਐਸੇ ਸਿੰਘਾਂ ਨੂੰ ਦੇ ਜਿਹੜੇ ਬੰਦਗੀ ਵਾਲੇ, ਭਜਨ ਵਾਲੇ, ਨਾਮ ਜਪਣ ਵਾਲੇ, ਤਕੜੇ ਕਿਰਦਾਰ ਵਾਲੇ। ਔਰ ਉਹ ਹੁੰਦੇ ਨੇ ਚਿੱਟ ਕੱਪੜੀਏ, ਜਿਹੜੇ ਹੱਥ ਨਹੀਂ ਅੱਡ ਸਕਦੇ, ਕਰੀਏ ਕੀ। ਉੱਥੇ ਫਿਰ ਦਾਸ ਨੇ ਪੁੱਛਿਆ, ਮੈਂ ਕਿਹਾ ਤੁਹਾਡੀ ਸਾਰੇ ਜਿਹੜੇ ਆਪਣਾ ਹੈਗੇ ਨੇ ਸੇਵਾਦਾਰ, ਕਿੰਨੀ ਕਿੰਨੀ ਸੈਲਰੀ? ਉਹਨੇ ਸੈਲਰੀ ਦੱਸੀ ਜੀ, ਸਵਾਦ ਆ ਗਿਆ। ਮੈਂ ਕਿਹਾ ਠੀਕ ਹੈ। ਕਹਿੰਦਾ ਜੀ ਖਾਣਾ ਇੱਥੋਂ ਫਰੀ, ਰਹਿਣਾ ਫਰੀ, ਬਿਜਲੀ ਫਰੀ, ਨਾਲ ਆਹ ਸੈਲਰੀ ਦਿੰਦੇ ਹਾਂ, ਜੋ ਉੱਪਰੋਂ ਇਹਨਾਂ ਦਾ ਜੇ ਉਹ ਸਭ ਇਹਨਾਂ ਦਾ। ਮੈਂ ਕਿਹਾ ਫਿਰ ਤਾਂ ਠੀਕ ਹੈ, ਫਿਰ ਇਹ ਬਹੁਤ ਘੱਟ ਗੁਰਦੁਆਰੇ ਨੇ। ਇਸ ਕਰਕੇ ਦਾਸ ਆਹ ਗੱਲ ਬੋਲ ਰਿਹਾ, ਚੈਨਲਾਂ 'ਚ ਚੱਲਣੀ ਗੱਲ ਕਈ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਸੁਣਨੀ ਆ। ਹੱਥ ਬੰਨ ਬੇਨਤੀ ਜੇ, ਜਿੰਨਾ ਗੁਜ਼ਾਰੇ 'ਚ ਤੁਹਾਡਾ ਇੱਕ ਕੀਰਤਨੀਆ ਗੁਜ਼ਾਰਾ ਕਰ ਰਿਹਾ, ਕਦੇ ਤੁਸੀਂ ਕਰਕੇ ਵਿਖਾਓ ਤਾਂ ਸਹੀ, ਕਰਕੇ ਤਾਂ ਵਿਖਾਓ, ਮਨ ਜਾਂਦਾ ਤੁਹਾਨੂੰ, ਇੰਨੇ 'ਚ ਕਰਕੇ ਵਿਖਾਓ, ਤੁਸੀਂ ਨਹੀਂ ਕਰ ਸਕਦੇ। ਚਲੋ ਓਨਾ ਨਹੀਂ, ਇੰਨਾ ਤਾਂ ਦੇਈਏ ਨਾ, ਘੱਟੋ ਘੱਟ ਬੰਦਾ ਕਿਧਰੇ ਗੋਲਖ ਦੇ ਅੱਖ ਤਾਂ ਨਾ ਰੱਖੇ, ਇੰਨਾ ਤਾਂ ਦੇਈਏ ਕਿ ਗੋਲਖ ਦੇ ਅੱਖ ਨਾ ਰੱਖੇ, ਇੰਨਾ ਦੇਈਏ ਕਿ ਇਮਾਨਦਾਰੀ ਨਾਲ ਆਪਣੀ ਸੇਵਾ ਕਰੇ, ਇਮਾਨਦਾਰੀ ਨਾਲ, ਸੱਚਾਈ, ਸਤਸੰਗ, ਗੁਰੂ ਸਾਹਿਬ ਮਿਹਰ ਕਰਨ, ਬਖਸ਼ਿਸ਼ ਕਰਨ, ਸ਼ੁਭ ਕੰਮ ਕਰਨ ਦੇ ਬੜੇ 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 ਸਾਧ ਸੰਗਤ ਤੁਹਾਨੂੰ ਵਕਤ ਚਾਂਸ ਦੇਗਾ, ਵਕਤ ਚਾਂਸ ਦੇਗਾ, ਬੜੇ ਚਾਂਸ ਦੇਗਾ। ਛੱਡਿਓ ਨਾ, ਉਹ ਚਾਂਸ ਨੂੰ ਫੜ ਲਿਓ, ਫੜ ਲਿਓ। ਸ਼ੁਭ ਕਰ ਮਨ ਤੇ ਕਬ ਹੂ ਨਾ ਕਰੋ, 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 ਸ਼ੁਭ ਕਰ ਮਨ ਤੇ ਕਬ ਹੂ ਨਾ ਕਰੋ। ਤੇ ਸ਼ਿਵਾ ਬਰ ਮੋਹੇ ਇਹ ਹੈ, ਤੇ ਸ਼ਿਵਾ ਬਰ ਮੋਹੇ ਹੈ, ਕਰਮਾਂ ਵਾਲੇ
ਇੰਨਾ ਕੁਝ ਸੁਣਿਆ ਜੇ ਇੰਨਾ ਖੁੱਲ ਕੇ ਮੰਗੋ ਸੱਚੇ ਪਾਤਸ਼ਾਹ ਦੇ ਆ ਵਰ ਦੇ ਮੈਨੂੰ ਇਹ ਹਿੰਮਤ ਦੇ ਮੈਨੂੰ ਇਹ ਤੌਫੀਕ ਦੇ ਮੈਨੂੰ ਅੱਜ ਤੱਕ ਮੈਂ ਦਸਵੰਦ ਨਹੀਂ ਕੱਢਦਾ ਸੀ ਦੱਸੋ ਜੀ ਜਿਹੜਾ ਦਸਵੰਦ ਨਹੀਂ ਕੱਢਦਾ ਥਾਂ ਥਾਂ ਤੇ ਸੇਵਾ ਕਰ ਸਕੇਗਾ ਕੱਤੇ ਨਹੀਂ ਕਰ ਸਕੇਗਾ ਪੁੰਨ ਬਣਾ ਸਕੇਗਾ ਨਹੀਂ ਬਣਾ ਸਕੇਗਾ ਧਰਮ ਕਮਾ ਸਕੇਗਾ ਨਹੀਂ ਕਮਾ ਖੁਸ਼ੀਆਂ ਲੈ ਸਕੇਗਾ ਬਟੋਰ ਸਕੇਗਾ ਖੁਸ਼ੀਆਂ ਨਹੀਂ ਬਟੋਰ ਸਕੇਗਾ ਇਹ ਸਾਰਾ ਕੁਝ ਕਿਹਦੇ ਹਿੱਸੇ ਆਏਗਾ ਜਿਹੜਾ ਗੁਰੂ ਦਾ ਪਾਈ ਪਾਈ ਪੈਨੀ ਪੈਨੀ ਕੱਲਾ ਕੱਲਾ ਪੈਸਾ ਗੁਰੂ ਦਾ ਕੱਢ ਦੇਗਾ ਬਕਸਾ ਲਾਇਆ ਹੋਇਆ ਥੈਲੀ ਲਾਈ ਹੋਈ ਹੈ ਗੁਰੂ ਦੀ ਉਸ ਖਾਤੇ ਚੋਂ ਧਰਮ ਖਾਤਾ ਹੈ ਗੁਰੂ ਦਾ ਖਾਤਾ ਹੈ ਬਸ ਦੇਈ ਜਾ ਭਲਾ ਕਰੀ ਜਾ ਭਲਾ ਕਰੀ ਜਾ ਗੁਰੂ ਦੀ ਖੁਸ਼ੀਆਂ ਲਈ ਜਾ ਹੁਣ ਖੁੱਲ ਬੋਲਿਓ ਜੀ ਖੁੱਲ ਕੇ ਬੋਲਿਓ ਸਾਰੇ ਦੇ ਸ਼ਿਵਾ ਬਰ ਮੋਹੇ ਹੈ ਦੇ ਸ਼ਿਵਾ ਬਰ ਮੋਹੇ ਹੈ ਸ਼ੁਭ ਕਰ ਮਨ ਤੇ ਕਬ ਹੂ ਨਾ ਕਰੋ 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 ਸ਼ੁਭ ਕਰ ਮਨ ਤੇ ਕਬ ਨਾਟਰੋ ਸ਼ੁਭ ਕਰ ਮਨ ਤੇ ਕਬ ਹੂ ਨਾਟਰੋ